सत श्री अकाल जी, मैं नवदीप धालीवाल। तुसीं वेख रहे हो साडा खास प्रोग्राम किच सुणीए किच कहीए। उह प्रोग्राम है जिस दे विच असीं गल करदे आं सिहत दी, समाज दी, धार्मिक मामलिआं दी, राजनीति मामलिआं दी, सारीआं ही गल्लां हुंदीआं ने इस प्रोग्राम दे विच। तकरीबन तुसीं इस शो नूं लाइव देखदे हो, पर किसे कारण करके असीं अज दा शो है जिहड़ा उह लाइव नहीं कर रहे, असीं रिकॉर्डड शो है तुहानूं दिखा रहे हां। इस लई जानकारी दे विच मैं दर्शकां दे विच इक वार फिर तों वादा कर देवां कि इह प्रोग्राम तुसीं रिकॉर्डड देख रहे हो जी। पर अज दा प्रोग्राम जिसका टॉपिक बड़ा ही अहम है, बहुत सारे जवाब ने जिहड़े इस प्रोग्राम दे विचों तुहानू मिलणगे, कई सवाल ने तुहाडे ज़हन दे विच, उन्हां सारे ही सवालों के जवाब देने दे लई हर वार की तरह साडे नाल जुड़नगे डॉक्टर हरशिंदर कौर। असीं उन्हां दा स्वागत करांगे। डॉक्टर साहब, स्वागत है तुहाडा। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਹੀ ਜਿੰਨੇ ਵੀ ਸੁਣ ਰਹੇ ਨੇ ਵੀਰ ਭੈਣ ਬਜ਼ੁਰਗ ਬੱਚੇ ਸਭਨਾਂ ਨੂੰ ਨਿੱਘੀ ਫਤਿਹ। ਪਰ ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਦੱਸ ਦਈਏ ਕਿ ਸਾਨੂੰ ਮੰਗ ਉੱਠੀ ਸੀ ਬਹੁਤ ਸਾਰੀਆਂ ਭੈਣਾਂ ਵੱਲੋਂ ਵੀ, ਤੇ ਕਮਾਲ ਤਾਂ ਇਹ ਹੈ ਕਿ ਕੁਝ ਵੀਰਾਂ ਵੱਲੋਂ, ਜਿਹੜਾ ਚੰਗਾ ਲੱਗਿਆ ਕਿ ਉਹਨਾਂ ਨੂੰ ਵੀ ਇਸ ਪ੍ਰਤੀ ਫਿਕਰ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਣਜੰਮੇ ਬੱਚੇ ਨੂੰ ਕਿਸ ਤਰੀਕੇ ਅਸੀਂ ਸਿਹਤਮੰਦ ਰੱਖ ਸਕਦੇ ਹਾਂ, ਕਿਸ ਤਰੀਕੇ ਉਹਦਾ ਦਿਮਾਗ ਤੇਜ਼ ਕਰ ਸਕਦੇ ਹਾਂ, ਸਾਰੀ ਚੀਜ਼ਾਂ ਬਾਰੇ ਜਾਣਕਾਰੀ ਦਿਓ ਕਿ ਉਹ ਖੁਰਾਕ ਰਾਹੀਂ ਕਿਵੇਂ ਕੀਤਾ ਜਾਏ, ਘੱਟ ਦਵਾਈਆਂ ਹੋਣ। ਸੋ ਗੱਲ ਇਹ ਹੈ ਕਿ ਅੱਜ ਇਸੇ ਲਈ ਅਸੀਂ ਬੇਨਤੀ ਕੀਤੀ ਕਿ ਕਾਲਸ ਨਹੀਂ ਲਵਾਂਗੇ, ਤਾਂ ਕਿ ਇੱਕ ਜਾਣਕਾਰੀ ਅਸੀਂ ਬੜੀ ਖੋਜ ਭਰਪੂਰ ਦੇਣੀ ਚਾਹੁੰਦੇ ਹਾਂ, ਜੋ ਕਿ ਕਿਤਾਬਾਂ ਵਿੱਚ ਹੀ ਨਹੀਂ ਬਲਕਿ ਕਈ ਮੈਡੀਕਲ ਕਾਲਜਸ ਵਿੱਚ ਅਨੇਕ ਖੋਜਾਂ ਤੋਂ ਬਾਅਦ ਇਹ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ, ਜਿਸ ਵਿੱਚ ਕਿ ਗਰਭ ਦੌਰਾਨ ਖੁਰਾਕ ਕੀ ਲਈ ਜਾਏ ਜਿਸ ਨਾਲ ਬੱਚਾ ਵੀ ਲਾਇਕ ਹੋ ਸਕਦਾ ਹੈ, ਮਾਂ ਵੀ ਸਿਹਤਮੰਦ ਰਵੇ, ਹੱਡੀਆਂ ਵੀ ਤਗੜੀਆਂ ਹੋਣ, ਉਹਦੇ ਦਿਮਾਗ ਦੀ ਬਣਤਰ ਵੀ ਠੀਕ ਹੋਏ ਤੇ ਵੱਖੋ ਵੱਖ ਅੰਗ ਵੀ ਪੂਰੀ ਤਰ੍ਹਾਂ ਕੰਮ ਕਰਦੇ ਰਹਿਣ। ਸੋ ਉਸ ਸੰਬੰਧੀ ਹੀ ਅੱਜ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਜੀ। ਬਿਲਕੁਲ, ਤੇ ਸਾਰੇ ਹੀ ਦਰਸ਼ਕਾਂ ਨੂੰ ਅਪੀਲ ਹੈ ਕਿ ਜੇਕਰ ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੁੰਦਾ ਤਾਂ ਜਦੋਂ ਇਹ ਪ੍ਰੋਗਰਾਮ ਫੇਸਬੁੱਕ ਤੇ ਜਾਂ ਯੂਟਿਊਬ ਤੇ ਹੋਏਗਾ ਤਾਂ ਤੁਸੀਂ ਉੱਥੇ ਵੀ ਆਪਣੇ ਸਵਾਲ ਰੱਖ ਸਕਦੇ ਹੋ, ਉੱਥੇ ਵੀ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਏਗਾ। ਤਾਂ ਬਹੁਤ ਹੀ ਵਧੀਆ ਗੱਲ ਹੈ, ਜਿੱਥੇ ਪ੍ਰੈਗਨੈਂਟਸ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਆ, ਉੱਥੇ ਹੀ ਜਿਹੜੇ ਬਾਪ ਹੁੰਦੇ ਨੇ ਉਹਨਾਂ ਉਹ ਵੀ ਆਪਣੇ ਬੱਚੇ ਲਈ ਉਨੇ ਹੀ ਫਿਕਰਮੰਦ ਹੁੰਦੇ ਨੇ। ਸੋ ਉਹੀ ਗੱਲ ਜਿੱਦਾਂ ਕਿ ਮੈਮ ਨੇ ਕਿਹਾ ਕਿ ਸਿਰਫ ਮਹਿਲਾਵਾਂ ਵੱਲੋਂ ਵੀ ਹੀ ਨਹੀਂ, ਮਰਦਾਂ ਵੱਲੋਂ ਵੀ ਇਸ ਪ੍ਰੋਗਰਾਮ ਦੀ ਡਿਮਾਂਡ ਕੀਤੀ ਗਈ। ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਕਿ ਅੱਜ ਕੱਲ੍ਹ ਜਿਹੜੀਆਂ ਦਵਾਈਆਂ ਨੇ ਬਹੁਤ ਜ਼ਿਆਦਾ ਖਾਣੀਆਂ ਪੈਂਦੀਆਂ ਨੇ, ਉਹਦੇ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਨੇ, ਪਰ ਜੇਕਰ ਅਸੀਂ ਪੁਰਾਣੇ ਸਮੇਂ ਦੀ ਤਰ੍ਹਾਂ ਗਰਭ ਧਾਰਨ ਦੇ ਦੌਰਾਨ ਕਿਹੜੀਆਂ ਕਿਹੜੀਆਂ ਸਬਜ਼ੀਆਂ, ਕਿਹੜੇ ਕਿਹੜੇ ਫਰੂਟ ਕਿਵੇਂ ਕਿਵੇਂ ਖਾ ਸਕਦੇ ਹਾਂ, ਤਾਂ ਉਹ ਸਾਰੀਆਂ ਹੀ ਗੱਲਾਂ ਬਾਬਤ ਤੁਹਾਨੂੰ ਦੱਸਣ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ। ਸੋ ਸ਼ੁਰੂਆਤੀ ਦੌਰ ਦੇ ਵਿੱਚ ਮੈਮ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਹਰੀਆਂ ਸਬਜ਼ੀਆਂ ਇਸ ਸਮੇਂ ਦੇ ਦੌਰਾਨ ਕਿੰਨੀਆਂ ਕੁ ਲਾਹੇਵੰਦ ਸਿੱਧ ਹੁੰਦੀਆਂ ਨੇ? ਦੇਖੋ, ਥੋੜਾ ਜਿਹਾ ਪਹਿਲਾਂ ਇਹ ਪਤਾ ਹੋਵੇ ਕਿ ਗਰਭ ਦੌਰਾਨ, ਕਿਉਂਕਿ ਇੱਕ ਬੱਚਾ ਢਿੱਡ ਦੇ ਵਿੱਚ ਪਲ ਰਿਹਾ ਹੈ, ਤਾਂ ਇਹਦਾ ਮਤਲਬ ਇਹ ਖੁਰਾਕ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਉਹਦੇ ਵਾਸਤੇ ਲਗਭਗ ਇੱਕ ਸੰਪੂਰਨ ਖੁਰਾਕ ਬਣ ਸਕੇ, ਕਿਉਂਕਿ ਉਹਨੇ ਸਾਰਾ ਕੁਝ ਲੈਣਾ ਹੀ ਮਾਂ ਦੇ ਕੋਲੋਂ ਹੈ। ਬਿਲਕੁਲ, ਤੇ ਉਹਦੇ ਵਿੱਚ ਯਾਨੀ ਉਹਨੂੰ ਪ੍ਰੋਟੀਨਸ, ਉਹਨੂੰ ਵਿਟਾਮਿਨਸ, ਉਹਨੂੰ ਮਿਨਰਲਸ, ਉਹਨੂੰ ਲੋੜੀਂਦਾ ਯਾਨੀ ਥਿੰਦਾ ਕਿਸ ਤਰੀਕੇ ਦਾ ਮਾਂ ਲਵੇ, ਫੈਟ ਕਿਹੜੀ ਤਰੀਕੇ ਦਾ ਹੋਏ, ਫਿਰ ਕੰਪਲੈਕਸ ਕਾਰਬੋਹਾਈਡਰੇਟਸ ਵੀ ਉਹਨੂੰ ਜ਼ਰੂਰੀ ਨੇ, ਫਿਰ ਉਹਨੂੰ ਫਾਈਬਰ, ਪਾਣੀ, ਯਾਨੀ ਇੰਨਾ ਕੁਛ ਸਹੀ ਮਾਤਰਾ ਚ ਚਾਹੀਦਾ ਹੁੰਦਾ ਜਿਹੜਾ ਆਮ ਤੌਰ ਤੇ ਜਾਣਕਾਰੀ ਨਹੀਂ ਹੁੰਦੀ। ਸੋ ਉਹਦੇ ਬਾਰੇ ਸਭ ਤੋਂ ਵੱਧ ਜ਼ਰੂਰੀ, ਜਿਵੇਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਇੱਕ ਆਮ ਪ੍ਰੋਬਲਮ ਜੋ ਸਾਡੀਆਂ ਗਰਭਵਤੀ ਮਾਵਾਂ ਨੂੰ ਸਹਿਣੀ ਪੈਂਦੀ ਜੇ ਉਹ ਹੈ ਉਹਨੂੰ ਕੰਸਟੀਪੇਸ਼ਨ ਹੋ ਜਾਣੀ। ਬਿਲਕੁਲ ਜੀ, ਠੀਕ ਕਰਨ ਲਈ ਜਿੰਨਾ ਪਾਣੀ ਹੈ ਉਹਦੇ ਬਾਰੇ ਤੇ ਆਪਾਂ ਹੁਣ ਅੱਗੋਂ ਗੱਲ ਕਰਾਂਗੇ, ਪਰ ਸਬਜ਼ੀਆਂ ਜੋ ਕਿ ਫਾਈਬਰ ਭਰਪੂਰ ਨੇ ਉਹਦਾ ਬਹੁਤ ਤਗੜਾ ਰੋਲ ਹੈ। ਸੋ ਉਹਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹਨਾਂ ਵਿੱਚ ਨਾ ਸਿਰਫ ਫਾਈਬਰ ਹੀ ਹੈ ਬਲਕਿ ਵਿਟਾਮਿਨ ਸੀ ਹੈ, ਵਿਟਾਮਿਨ ਕੇ ਹੈ, ਵਿਟਾਮਿਨ ਏ ਹੈ, ਫਿਰ ਕੈਲਸ਼ੀਅਮ ਵੀ ਹੈ, ਆਇਰਨ ਵੀ ਹੈ, ਫੋਲੇਟਸ ਵੀ ਨੇ, ਪੋਟਾਸ਼ੀਅਮ ਵੀ ਹੈ, ਯਾਨੀ ਇੰਨਾ ਕੁਛ ਭਰਿਆ ਪਿਆ ਹੈ। ਪਰ ਉਹਨਾਂ ਹਰੀਆਂ ਸਬਜ਼ੀਆਂ ਚੋਂ ਆਮ ਫਿਰ ਪੁੱਛਿਆ ਜਾਂਦਾ ਕਿਹੜੀ ਖਾਧੀ ਜਾਏ, ਕਿਉਂਕਿ ਹਰੀਆਂ ਮਟਰ ਵੀ ਨੇ, ਸ਼ਿਮਲਾ ਮਿਰਚ ਵੀ ਹੈ, ਪਾਲਕ ਵੀ ਹੈ, ਸਾਗ ਵੀ ਹੈ, ਸੋ ਇਹ ਸਾਰਾ ਕੁਛ ਜਿਹਨਾਂ ਦੇ ਵਿੱਚ ਯਾਨੀ ਕੁਛ ਟੇਸਟ ਦੀ ਵੀ ਤਬਦੀਲੀ ਹੋਈ ਹੁੰਦੀ ਹੈ ਸਾਨੂੰ ਪਤਾ ਹੀ ਹੈ। ਸੋ ਉਦੋਂ ਕਈ ਚੀਜ਼ਾਂ ਜਿਵੇਂ ਘੀਆ ਜਾਂ ਤੋਰੀਆਂ ਨਹੀਂ ਵੀ ਪਸੰਦ ਆਉਂਦੀਆਂ, ਸੋ ਇਹ ਸਾਰੀਆਂ ਗਿਣੀਆਂ ਤਾਂ ਭਾਵੇਂ ਹਰੀਆਂ ਸਬਜ਼ੀਆਂ ਹੀ ਜਾਂਦੀਆਂ, ਪਰ ਸਭ ਤੋਂ ਵਧੀਆ ਜੋ ਹਰੀ ਸਬਜ਼ੀ ਹੁਣ ਤੱਕ ਦੀ ਮਿਨੀ ਜਾ ਚੁੱਕੀ, ਇੱਕ ਕੇਲ ਪੱਤਾ, ਬਰੋਕਲੀ,
पालक जो कि पालनहारी का नाम ही उन्हें इसे करके लिया कि मां के ढिड अंदर पल रहे बच्चे लिए भी बा कमाल असर विखाती है। तो इसे करके वो भी यानी मेन इसे ते स्ट्रेस पाया जाए कि रोजाना तुसी जो खाना जो सलाद रज के खाओ तो उस सलाद दे विच जिथे तुहाडे गाजरां मूलियां वो मौसम अनुसार वो होणगियां ही होणगियां उसी तरह उहदे विच खास तौर ते पालक दे पत्ते भावें तुसी उहनूं सूप बना के लै लवो जां सब्जी विच पा लवो या तुसी कच्चे खाने चाहुंदे हो तां वी लै सकदे हो, पर केल पत्ता जरूरी जे ते ब्रोकली हर हाल विच खाधी जावे क्योंकि इहदे विच ऑलमोस्ट जिवें मैं दस्सिया कंप्लीट डाइट हो जाती है। जी ते इहदे नाल ही मैम आपां जाणांगे कि जिवें अजकल सर्दियां दा मौसम चल रहा तां शक्करकंद दी बाजार दे विच बहुत मिलदी आ, तां उहदे खाण दे की फायदे हो सकदे ने? देखो शक्करकंदी एक अजिही चीज है जिन्हों असी कह दें एक तरीके के शाकाहारियों का मीट है। कारण है कि ये विच ना सिर्फ जेड़ी ये विच बीटा कैरोटीन होंगी जे जो कि अंदर जाके साडे शरीर विच वाइटमिन ए विच तब्दील हो जाती जे जिसने साडे दिमाग लई साडी चमड़ी लई साडियां अखां लई जो एक तरीके संपूर्ण खुराक ही बना के सानू ये मिल जाती है दे राही। सो उस दे विच शकरकंदी तां लगभग असी इत्थे तक कह दिंदे आ कि कोशिश करो कि हफ्ते च 5 दिन तां ये नाश्ते विच लै ही लो ते बेस्ट हुंदी है जदों उबाल के लई जावे। तो शकरकंदी भावें इहनू जिवें चाट बना के खा लो भावें इहनू तुसी सलाद दे विच पा लो पर इहनू जरूर लैनी चाहीदी क्योंकि इहदे लई इहदे च फाइबर इन्ना भरपूर है जो कि जिवें मैं पहला भी दस्सिया सी कब्ज इक मेजर प्रॉब्लम हो जाती है प्रेगनेंट लेडीज नूं। सो उहनां लई शक्करकंदी बहुत बेहतरीन है जिहदे विच इन्नी हाई डोज है कि जिवें मैं दस्सिया मीट दे बराबर तो है ही, पर जे ये लै रहे हो तो नाल एडिशनल कई बार वाइटमिन ए दीआं गोलियां दी लोड़ ही नहीं रहिंदी, तुसीं इहदे विचों ही अपनी पूरी खुराक कर सकदे हो। जी। ते मैम जिस तरह तुसी कहा कि शक्करकंदी है जिहड़ा वो गर्भवती महिलावां दे लई मीट दा काम करदी है, तां मीट तो याद आया कि अंडे बहुत सारे जिहड़े डॉक्टर ने वो सुजेस्ट करदे ने कि अंडे खाओ, पर घर दे विच जिहड़े हुंदे ने घर दे वो कहिंदे ने कि नहीं जी ये तां गर्म ने, या कुछ अजिहियां बहुत सारे शंके ने जिहड़े वो पाए जांदे ने कि वो खाण नहीं दिंदे, तां जिहड़े दर्शक ने उहनां नूं जरूर दसो कि अंडे वाकया ही पौष्टिक जिहड़े तत् ने वो मन्ने जांदे ने कि हाँ वाकया ही प्रैगनेंट लेडीज दे लई वधिया ने या नहीं? देखो अंडे नूं असीं क्लास 1 प्रोटीन लई संपूर्ण खुराक गिणते हैं। इहदे विच देखो एक अंदाजन जे तुसीं विचकारले मेल दा जो अंडा जो आम नॉर्मल मिलता है उहदे विच लगभग तुसीं 80 क कैलरीज हुंदियां ने, पर उस जिन्नी प्रोटीन वाइटमिन फैट्स मिनरल्स इन्हां दा इन्ना भंडार हुंदा है कि इह इक असीं यानी जिन्हों कह लो कि जो हर पास्यों चीज चाहिए है वो एक इन्नी क चीज दे विच एक प्रेगनेंट लेडी नू पहुंच जाती है। खास तौर पे एक कोलीन का जिक्र करांगी जो कि बड़ा एक प्रेगनेंट लेडी लई वाइटल न्यूट्रिएंट असी गिणदे आ सब तो जरूरी जो कि जाना ही जाना हुंदा होर किसे विच भी नहीं है सिर्फ इसे विच है। तो इहदे लई जो कि डिवेलपमेंट लई बच्चे दे ब्रेन दी लई उहदे शरीर दी बणतर दे विच होर अंगां दे काम कर लई फिर उहदी इम्यूनिटी जो अगों बननी है उहदे वास्ते भी, फिर इस तों इलावा जे लगभग तुसीं सोच लो कि असीं कह लईए कि मां दीआं हड्डियां तगड़ियां करन तों लै के मां दे अंदर खून दी कमी पूरी करन तों लै के बच्चे दे दिमाग दी बणतर यानी सारा कुछ जे कह लो तो एक संपूर्ण खुराक वजो असी गिणदे हां। इसलिए कहीदा जो साढ़े एक तरीके कहंदे ने कि इहदा हेल्दीएस्ट फूड है किसे मां लई जो रोज दे 2 अंडे खाने शुरू कर देवे। एक वहम जरूर आपां इस प्रोग्राम राही दूर कर दईए क्योंकि आम सोचा जांदा है कि अंडे असी नहीं खाने दे विच इक जान है ते जिस करके असी इहनू नहीं लैंदे, आम सोच है जो विचार है जी। आपो अपनी सोच है कि उन्हों तब्दील नहीं करना चाहते, पर एक खास मैं शेयर करना चाहनी है कि जिमें एक औरत दे माहवारी दौरान असी एग्ज शेड हुंदे ने जिसनों के मेंस्ट्रुएशन दा पीरियड साइकिल गिणदे हां, उसे तरह ही एक कुकड़ियां दा भी एक तरीके ओ एग्ज हुंदे ने जेडे के यानी उन्होंने
ਉਹਦੇ ਵਿੱਚ ਬੱਚਾ ਨਹੀਂ ਬਣਨਾ ਹੁੰਦਾ, ਸ਼ੈਡ ਆਊਟ ਕਰਨ ਵਾਲੇ ਐਂਟ ਨੇ, ਤਾਂ ਇਹ ਜੇ ਅਸੀਂ ਵਰਤ ਲੈਂਦੇ ਹਾਂ ਤੇ ਇਹਦੇ ਨਾਲ ਕਿਸੇ ਦਾ ਕਿਸੇ ਜਾਨੀ ਨੁਕਸਾਨ ਨਹੀਂ ਅਸੀਂ ਕਰ ਰਹੇ ਹੁੰਦੇ, ਤਾਂ ਬਿਹਤਰ ਹੈ ਕਿ ਜੇ ਅਸੀਂ ਇਹ ਗੱਲ ਸਮਝ ਕੇ ਲੈ ਲਈ, ਘਰ ਦੇ ਅੰਦਰ ਮਨਾਈਏ ਤੇ ਘਰੋਂ ਬਾਹਰ ਜਾ ਕੇ ਵੀ ਲਿਆ ਜਾ ਸਕਦਾ, ਜਿਸ ਤਰੀਕੇ ਮਰਜ਼ੀ ਲਿਆ ਜਾ ਸਕਦਾ, ਉਬਾਲ ਲਓ ਭਾਵੇਂ ਉਹਨੂੰ ਪੂੜਾ ਬਣਾ ਲਓ, ਭਾਵੇਂ ਉਹਨੂੰ ਤੁਸੀਂ ਦੁੱਧ ਚ ਫੈਂਟ ਕੇ ਖੀਰ ਬਣਾ ਲਓ, ਜੀ ਅਲੱਗ ਅਲੱਗ ਢੰਗ ਨਾਲ ਵਰਤ ਸਕਦੇ ਹੋ, ਪਰ ਇਸ ਵਿੱਚ ਜਾਨ ਨੂੰ ਖਤਰਾ ਕਿਸੇ ਦਾ ਨਹੀਂ ਹੈ, ਜਾਨ ਨੂੰ ਨਹੀਂ ਮਾਰ ਰਹੇ। ਸੋ ਤੁਸੀਂ ਇਹ ਇੱਕ ਤਰੀਕੇ ਉਹ ਮੈਂਸਟਰਲ ਐਗਜ਼ ਹੀ ਹੈ ਜਿਨ੍ਹਾਂ ਨੇ ਸ਼ੈੱਡ ਹੋ ਜਾਣਾ ਬਗੈਰ ਕਿਸੇ ਦਾ ਨੁਕਸਾਨ ਪਹੁੰਚਾਇਆ। ਸੋ ਜੇ ਇਹ ਲੈ ਲਈ ਜਾਏ ਤਾਂ ਆਪਾਂ ਇੱਕ ਸੰਪੂਰਨ ਤਰੀਕੇ ਨਾਲ, ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਕਿ ਹੈਲਦੀਐਸਟ ਅਸੀਂ ਫੂਡ ਇਹਨੂੰ ਗਿਣ ਚੁੱਕੇ ਹਾਂ, ਜਿਹਦੇ ਭਾਵੇਂ ਰੈਪ ਬਣਾ ਕੇ ਖਾ ਲਓ, ਯਾਨੀ ਇੰਨੇ ਬਣਾਉਣ ਦੇ ਤਰੀਕੇ ਨੇ, ਐਗ ਕਰੀ ਬਣਾ ਲਓ ਤੁਸੀਂ, ਯਾਨੀ ਸੂਪ ਦੇ ਵਿੱਚ ਪਾ ਲਓ, ਜੋ ਮਰਜ਼ੀ ਇਹਦਾ ਕਰਕੇ ਲੈ ਸਕਦੇ ਹੋ, ਪਰ ਇਹਨੂੰ ਲੈਣਾ ਜੇ ਸ਼ੁਰੂ ਕੀਤਾ ਜਾਏ ਤਾਂ ਵਾਕਈ ਤੁਸੀਂ ਸਿਹਤ ਵਿੱਚ ਦੇਖ ਸਕਦੇ ਹੋ ਕਿੰਨੀ ਤਗੜੀ ਤਬਦੀਲੀ ਹੈ। ਆਮ ਹੀ ਸਾਡੀਆਂ ਗੱਲ ਕਰਦੀਆਂ ਨੇ ਇਹੋ ਜਿਹੀਆਂ ਮਾਵਾਂ ਜਦੋਂ ਬੱਚਾ ਪੈਦਾ ਹੋ ਜਾਂਦਾ ਕਿ ਮੇਰੇ ਪਿੱਠ ਚ ਦਰਦ ਹੈ, ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ। ਸੋ ਜੇ ਰੈਗੂਲਰ ਇਹ ਦੋ ਅੰਡੇ ਖਾਂਦੀਆਂ ਰਹਿਣ ਜੀ, ਤੇ ਮੈਮ ਇਸ ਦੇ ਨਾਲ ਹੀ ਆਪਾਂ ਇਹ ਵੀ ਜਾਣਨਾ ਚਾਹਾਂਗੇ ਕਿ ਕਿਹੜੇ ਕਿਹੜੇ ਟਾਈਮ ਦੇ ਦੌਰਾਨ ਹੈ ਜਿਹੜੇ ਅੰਡੇ ਖਾਣੇ ਸ਼ੁਰੂ ਕਰਨੇ ਚਾਹੀਦੇ, ਸਟਾਰਟਿੰਗ ਦੇ ਦੌਰਾਨ ਹੀ ਮਹਿਲਾਵਾਂ ਅੰਡੇ ਖਾਣਾ ਸ਼ੁਰੂ ਕਰ ਸਕਦੀਆਂ ਨੇ ਜਾਂ ਕੋਈ ਪ੍ਰੋਬਲਮ ਆਉਂਦੀ ਹੈ? ਬਿਲਕੁਲ, ਕਿਉਂਕਿ ਸਭ ਤੋਂ ਵੱਧ ਜਿਹੜੇ ਅੰਗ ਬਣ ਰਹੇ ਹੁੰਦੇ ਨੇ ਉਹਦੇ ਦਿਮਾਗ ਤੇ ਜਿਹੜੇ ਖਾਸ ਤੌਰ ਤੇ ਜੋ ਨਸਾਂ ਬਣ ਰਹੀਆਂ ਨੇ ਉਹ ਪਹਿਲੇ ਹੀ 3 ਮਹੀਨਿਆਂ ਦੇ ਵਿੱਚ ਮੇਨ ਉਹਦਾ ਕੰਮ ਸ਼ੁਰੂ ਹੁੰਦਾ। ਸੋ ਉਸੇ ਦੌਰਾਨ ਖਾਸ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਫੋਲਿਕ ਐਸਿਡ ਜੋ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਬਰੋਕਲੀ ਜ਼ਰੂਰ ਲੈਣ, ਉਹਨਾਂ ਵਿੱਚ ਸਬਜ਼ੀਆਂ ਰਾਹੀਂ ਵੀ ਚਲਾ ਜਾਣਾ। ਸੋ ਉਸ ਨਾਲ ਉਹ ਜਿਹੜਾ ਬੱਚੇ ਦੇ ਦਿਮਾਗ ਦੀ ਬਣਤਰ ਹੈ, ਰੀੜ ਦੀ ਹੱਡੀ ਦੇ ਵਿੱਚ ਜੋ ਨੁਕਸ ਵੀ ਬਾਅਦ ਚ ਵੇਖਣ ਵਿੱਚ ਆਉਂਦੇ ਨੇ, ਉਹ ਸਾਰਿਆਂ ਤੋਂ ਬਚਾਅ ਹੋ ਸਕਦਾ। ਯਾਨੀ ਇੱਕ ਨੋਰਮਲ ਬੱਚਾ ਅਸੀਂ ਕਰ ਸਕਦੇ ਹਾਂ, ਜਿਸ ਚ ਕਿ ਲੋੜੀਂਦਾ ਵਿਟਾਮਿਨ ਸੀ ਚਲਾ ਗਿਆ, ਫਾਈਬਰ ਚਲਾ ਗਿਆ, ਕੈਲਸ਼ੀਅਮ, ਆਇਰਨ, ਫੋਲੇਟ, ਇੰਨਾ ਕੁਛ ਜੋ ਉਹਨੂੰ ਸਾਰਾ ਕੁਛ ਗਿਆ, ਉਹ ਤੁਸੀਂ ਇੱਕ ਤਰੀਕੇ ਸਮਝ ਲਓ ਕਿ ਇੱਥੋਂ ਤੱਕ ਕਿ ਉਹਦਾ ਜਿਹੜਾ ਵਕਤ ਤੋਂ ਪਹਿਲਾਂ ਜੰਮ ਜਾਣਾ ਹੁੰਦਾ ਬੱਚੇ ਦਾ, ਉਹਦਾ ਰਿਸਕ ਵੀ ਘੱਟ ਜਾਂਦਾ। ਯਾਨੀ ਇੰਨੀ ਉਹਨੂੰ ਕੰਪਲੀਟ ਡਾਇਟ ਇਹਦੇ ਨਾਲ ਮਿਲ ਜਾਂਦੀ ਹੈ। ਸੋ ਕੋਸ਼ਿਸ਼ ਕੀਤੀ ਜਾਏ ਕਿ ਜੇ ਰੈਗੂਲਰ ਤੌਰ ਤੇ ਅੰਡਾ ਇਹ ਸਾਰੇ ਥਰੂ ਆਊਟ ਦੀ ਪ੍ਰੈਗਨੈਂਸੀ ਵਰਤਦੇ ਰਹਿਣ, ਖਾਸ ਕਰ ਘੱਟ ਘਿਓ ਵਰਤੀ ਜਾਏ, ਉਹਦੀ ਵੀ ਆਪਾਂ ਗੱਲ ਕਰਾਂਗੇ ਕਿਸ ਤਰੀਕੇ ਦਾ ਘਿਓ ਤੇ ਕਿੰਨੇ ਵਰਤੋਂ ਵਿੱਚ ਹੋਣਾ ਚਾਹੀਦਾ। ਜੀ, ਪਰ ਮੈਮ ਇਹਦੇ ਨਾਲ ਹੀ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗੀ ਕਿ ਕਈ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਮ ਆਪਾਂ ਕਹਿ ਦਿੰਦੇ ਕਿ ਬੀਪੀ ਦੀ ਪ੍ਰੋਬਲਮ ਉਹਨਾਂ ਨੂੰ ਬਹੁਤ ਜ਼ਿਆਦਾ ਆ ਜਾਂਦੀ ਹੈ, ਅੱਜ ਕੱਲ੍ਹ ਇਹ ਬਹੁਤ ਸਾਰੇ ਕੇਸ ਆ ਰਹੇ ਨੇ ਕਿ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਵਧਣ ਦੀ ਜਾਂ ਘਟਣ ਦੀ, ਕਿ ਉਹ ਵੀ ਰੈਗੂਲਰਲੀ ਜਿਵੇਂ ਤੁਸੀਂ ਕਿਹਾ ਕਿ ਡੇਲੀ 2 ਅੰਡੇ ਖਾਣੇ ਜ਼ਰੂਰੀ ਨੇ, ਤਾਂ ਕਿ ਉਹ ਅੰਡੇ ਲੈ ਸਕਦੀਆਂ ਨੇ? ਬਿਲਕੁਲ, ਬਲੱਡ ਪ੍ਰੈਸ਼ਰ ਦੀ ਜੇ ਤੁਹਾਨੂੰ ਵੱਧ ਰਿਹਾ ਤਾਂ ਉਹਦੀ ਵੱਖਰੀ ਦਵਾਈ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ। ਜੀ, ਇਸ ਜੇ ਕੋਈ ਨਾਲ ਉਹਨਾਂ ਦੇ ਗੁਰਦੇ ਦੀ ਬਿਮਾਰੀ ਜਾਂ ਕੋਈ ਹੋਰ ਨੁਕਸ ਦੇ ਨਾਲ ਹੈ ਤਾਂ ਜ਼ਰੂਰ ਉਹਦੇ ਹਿਸਾਬ ਨਾਲ ਤੁਸੀਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਨਮਕ ਘੱਟ ਲੈਣਾ ਚਾਹੀਦਾ। ਤੋ ਇਹ ਚੀਜ਼ਾਂ ਬਲੱਡ ਪ੍ਰੈਸ਼ਰ ਦੌਰਾਨ, ਕਿਉਂਕਿ ਇਹ ਕਾਫੀ ਖਤਰਨਾਕ ਹੋ ਸਕਦਾ ਬੱਚੇ ਦੇ ਲਈ, ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਸੋ ਰੈਗੂਲਰ ਡਾਕਟਰੀ ਸਲਾਹ ਨਾਲ ਦਵਾਈਆਂ ਜ਼ਰੂਰ ਲੈ ਲੈਣੀਆਂ ਚਾਹੀਦੀਆਂ ਨੇ, ਪਰ ਡਾਇਟ ਜਿਵੇਂ ਮੈਂ ਦੱਸਿਆ ਕਿ ਜ਼ਰੂਰ ਘੱਟ ਕਰੋ ਨਮਕ, ਤੇ ਇੱਕ ਐਕਸਰਸਾਈਜ਼ ਜੋ ਕਿ ਸਾਡੀ ਅਜੀਬ ਭਾਵੇਂ ਲੱਗਦਾ ਹੋਏ ਪਰ ਤੁਸੀਂ ਦੇਖੋਗੇ ਵਿਕਸਿਤ ਮੁਲਕਾਂ ਦੇ ਵਿੱਚ ਨਾ ਸਿਰਫ ਰੈਗੂਲਰ ਵਾਕਿੰਗ ਬਲਕਿ ਉਹ ਕਹਿੰਦੇ ਨੇ ਸਵਿਮਿੰਗ ਕਰੋ ਅਖੀਰਲੇ ਮਹੀਨੇ ਤੱਕ, ਸਾਈਕਲਿੰਗ ਕਰ ਸਕਦੇ ਹੋ, ਯਾਨੀ ਇਹ ਸਾਰੀਆਂ ਪੌੜੀਆਂ ਚੜ ਉਤਰ ਸਕਦੇ ਹੋ, ਤੁਸੀਂ ਬੈਠ ਕੇ ਪੋਚੇ ਤੱਕ ਲਗਾ ਸਕਦੇ ਹੋ। ਇਹੋ ਜਿਹੀ ਐਕਸਰਸਾਈਜ਼ ਦਾ ਮਤਲਬ ਹੁੰਦਾ ਕਿ ਤੁਹਾਡੇ ਲਚਕ ਬਣੀ ਰਹਿੰਦੀ ਹੈ, ਨਾਰਮਲ ਡਿਲੀਵਰੀ ਹੋਣ ਦੇ ਚਾਂਸਿਸ ਕਈ ਗੁਣਾ ਵੱਧ ਜਾਂਦੇ ਨੇ। ਸੋ ਇਹ ਕਾਫੀ ਐਕਸਰਸਾਈਜ਼ ਰੈਗੂਲਰ ਤੇ ਬਹੁਤ ਜ਼ੋਰ ਰੱਖਣਾ ਚਾਹੀਦਾ। ਆਮ ਤੌਰ ਤੇ ਸਾਡੀਆਂ ਜੋ ਇਸ ਤਰ੍ਹਾਂ ਮਾਵਾਂ ਨੇ ਉਹ ਬੈਠ ਕੇ ਖਾਣ ਨੂੰ ਤਰਜੀਹ ਦੇਣ ਲੱਗ ਜਾਂਦੀਆਂ ਨੇ। ਹਾਂ, ਜੇ ਬਾਈ ਚਾਂਸ ਕੋਈ ਉਹਨਾਂ ਦੇ ਬੱਚੇਦਾਨੀ ਦੇ ਮੂੰਹ ਦੀ ਤਕਲੀਫ ਹੈ ਜਾਂ ਕੁਛ ਹੋਰ ਹੈ, ਫਿਰ ਵੱਖਰੀ ਗੱਲ ਹੈ, ਤੁਹਾਨੂੰ ਬ੍ਰੈਸਟ ਤੇ ਬੈਠਣਾ ਪਏਗਾ। ਅਦਰਵਾਈਜ਼ ਜਿੰਨਾ ਸਰੀਰ ਤੋਰੀ ਰੱਖੀਏ ਓਨਾ ਹੀ ਤੰਦਰੁਸਤ ਰਹਿੰਦਾ। ਮਸ਼ੀਨ ਹੈ ਸਾਡਾ ਸਰੀਰ, ਤੁਸੀਂ ਦੇਖ ਹੀ ਸਕਦੇ ਹੋ ਕਿ ਜੇ ਮਸ਼ੀਨ ਵੀ ਖੜੀ ਹੋ ਜਾਏ ਤੁਸੀਂ ਸਕੂਟਰ ਹੀ ਖੜਾ ਕਰ ਲਓ ਤੇ ਵੇਖ ਲਓ, ਫਿਰ ਥੋੜੇ ਦਿਨਾਂ ਬਾਅਦ ਸਟਾਰਟ ਹੀ ਨਹੀਂ ਹੁੰਦਾ। ਬਿਲਕੁਲ, ਉਂਝ ਹੀ ਸਾਡੀ ਮਸ਼ੀਨ ਹੈ, ਗੋਡੇ ਜੁੜ ਜਾਣਗੇ, ਪਿੱਠ ਦਰਦ ਹੋਏਗੀ। ਤੇ ਜੇ ਰੈਗੂਲਰ ਅਸੀਂ ਕਰਦੇ ਰਹੀਏ ਤਾਂ ਚੱਕਰਾਂ ਤੋਂ ਵੀ ਬਚੇ ਰਵਾਂਗੇ,
ਲੱਤਾਂ ਦੀ ਕਮਜ਼ੋਰੀ ਤੋਂ ਵੀ ਪਿੱਠ ਦਰਦ ਤੋਂ ਵੀ ਬਚ ਜਾਵਾਂਗੇ। ਸੋ ਕਸਰਤ ਤਾਂ ਹਰ ਹਾਲ ਕਰਨੀ ਹੀ ਪੈਣੀ ਹੈ, ਜਿਹਦੇ ਵਿੱਚ ਅਸੀਂ ਐਡਵਾਈਜ਼ ਕਰਦੇ ਹਾਂ ਕਿ ਆਲਮੋਸਟ ਤੁਸੀਂ ਰੋਜ਼ ਦੇ 40 ਮਿੰਟ ਤਾਂ ਜ਼ਰੂਰ, ਟਹਿਲਣਾ ਨਹੀਂ ਹੈ, ਫਾਸਟ ਵਾਕਿੰਗ ਕਰੋ। ਮੈਂ ਫਿਰ ਦੁਬਾਰਾ ਉਹ ਕਲੀਅਰ ਕਰਦੇ ਹਾਂ ਜੀ। ਕਿ ਜੇ ਕੋਈ ਪ੍ਰੋਬਲਮ ਹੈ, ਯਾਨੀ ਬੱਚੇਦਾਨੀ ਦੀ ਪ੍ਰੋਬਲਮ ਹੋਏ ਜਾਂ ਬੱਚੇ ਦੀ ਕੋਈ ਅਬਨੋਰਮੈਲਿਟੀ ਸਾਹਮਣੇ ਆ ਚੁੱਕੀ ਹੈ, ਤੁਹਾਨੂੰ ਰੈਸਟ ਐਡਵਾਈਸ ਡਾਕਟਰ ਵੱਲੋਂ ਕੀਤਾ ਗਿਆ, ਫਿਰ ਉਹ ਰੈਸਟ ਲਾਜ਼ਮੀ ਹੈ। ਜੀ ਪਰ ਅਦਰਵਾਈਜ਼ ਤੁਹਾਨੂੰ ਜਿੰਨਾ ਤੁਸੀਂ ਨਾਰਮਲ ਵਰਕ ਦੇ ਵਿੱਚ ਰਹੋਗੇ, ਉਨਾ ਹੀ ਤੁਹਾਨੂੰ ਇਹ ਛੇਤੀ ਡਿਲੀਵਰੀ ਸੌਖੀ ਵੀ ਹੋ ਜਾਂਦੀ ਹੈ ਜੀ ਤੇ ਫਿਰ ਵਾਪਸ ਰਿਕਵਰੀ ਵੀ ਛੇਤੀ ਹੁੰਦੀ ਹੈ। ਤੁਸੀਂ ਆਮ ਦੇਖਿਆ ਹੋਏਗਾ ਸੜਕਾਂ ਤੇ ਕੰਮ ਕਰਦੀਆਂ ਮਾਵਾਂ, ਕਿਉਂਕਿ ਸਾਡੇ ਕੋਲ ਤਾਂ ਉਹ ਕੇਸਿਸ ਬਹੁਤ ਆਉਂਦੇ ਨੇ, ਤੇ ਉਹ ਅਖੀਰੀ ਦਿਨ ਦਰਦਾਂ ਤੱਕ ਵੀ ਕੰਮ ਕਰਦੀਆਂ ਤੇ ਉਸੇ ਵੇਲੇ ਹੀ ਫਿਰ ਉਹ ਬੱਚਾ ਜੰਮਣ ਤੋਂ ਬਾਅਦ ਫਿਰ ਅਗਲੇ ਦਿਨ ਕੰਮ ਨੂੰ ਲੱਗ ਜਾਂਦੀਆਂ ਨੇ। ਕਾਰਨ ਇਹੋ ਕਿ ਉਹ ਤੁਰਦਾ ਰੱਖਦੀਆਂ ਨੇ ਸਰੀਰ ਤੇ ਫਿਰ ਉਹ ਕਮਜ਼ੋਰੀ ਮਹਿਸੂਸ ਨਹੀਂ ਕਰਦੀ। ਜੀ ਜੀ ਬਿਲਕੁਲ। ਤੇ ਮੈਮ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲੇ 3 ਮਹੀਨਿਆਂ ਦੇ ਦੌਰਾਨ ਹੀ ਬੱਚੇ ਦਾ ਜਿਹੜਾ ਦਿਮਾਗ ਹੈ ਬਣਨਾ ਸ਼ੁਰੂ ਹੋ ਜਾਂਦਾ, ਨਸਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਤਾਂ ਮੇਰਾ ਸਵਾਲ ਹੈ ਕਿ ਕਿਸ ਤਰੀਕੇ ਦੇ ਨਾਲ, ਕਿ ਅਸੀਂ ਕਿਸੇ ਐਸੇ ਤਰੀਕੇ ਦੇ ਨਾਲ ਕੋਈ ਤਰੀਕਾ ਅਪਣਾ ਸਕਦੇ ਹਾਂ ਜਿਸ ਦੇ ਨਾਲ ਜਿਹੜਾ ਭਰੂਣ ਹੈ ਉਸ ਦਾ ਦਿਮਾਗ ਤੇਜ਼ ਹੋ ਸਕੇ? ਦੇਖੋ ਕੁਝ ਕੁ ਚੀਜ਼ਾਂ ਨੇ, ਮੈਂ ਸਿਰਫ ਇੱਕ ਖੋਜ ਦਾ ਜ਼ਿਕਰ ਕਰਨਾ ਚਾਹਾਂਗੀ ਕਿਉਂਕਿ ਖੋਜਾਂ ਕਈ ਨੇ, ਫਿਰ ਜੇ ਆਪਾਂ ਇੱਕੋ ਹੀ ਚੀਜ਼ ਤੇ ਅੜ ਗਏ ਤਾਂ ਕਈ ਵਾਰ ਉੱਥੇ ਹੀ ਰਹਿ ਜਾਈਦਾ। ਪਹਿਲੀ ਚੀਜ਼ ਤਾਂ ਇਹ ਕਿ ਦਿਮਾਗ ਦੀ ਬਣਤਰ ਠੀਕ ਰਵੇ ਤਾਂ ਹੀ ਤੇਜ਼ ਹੋਏਗਾ। ਉਹਦੇ ਲਈ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਤੁਸੀਂ ਖੁਰਾਕ ਠੀਕ ਰੱਖੋ, ਜਿਸ 'ਚ ਤੁਹਾਡੇ ਜਿਹੜੇ ਮਾਸਾਹਾਰੀ ਨੇ ਉਹ ਮੀਟ ਲੈ ਸਕਦੇ ਨੇ, ਬਾਕੀ ਤੁਸੀਂ ਜਿਵੇਂ ਆਪਾਂ ਦੱਸਿਆ ਕਿ ਘਿਓ ਦੀ ਜ਼ਰੂਰ ਮੈਂ ਹੁਣ ਗੱਲ ਕਰਾਂਗੀ, ਉਹਦੀ ਇੰਪੋਰਟੈਂਸ ਕਾਫੀ ਹੈ, ਬਾਅਦ ਵਿੱਚ ਆਪਾਂ ਕਰਦੇ ਹਾਂ, ਪਰ ਸ਼ਕਰਕੰਦੀ ਵਗੈਰਾ ਫਿਰ ਇਹ ਸਾਰਾ, ਕਿਉਂਕਿ ਫੋਲੇਟ ਚਾਹੀਦਾ ਇਹਦੇ ਨਾਲੋਂ ਨਾਲ, ਸੋਇਆਬੀਨਸ ਇਹਦੇ ਨਾਲੋਂ ਨਾਲ, ਤੁਸੀਂ ਜਿਹੜੀਆਂ ਹਰੀਆਂ ਫਲੀਆਂ ਬਹੁਤ ਤਗੜੀਆਂ ਨੇ ਉਹ ਵੀ, ਫਿਰ ਦਾਲਾਂ ਦਾ ਬਹੁਤ ਰੋਲ ਹੈ, ਪਰ ਇਹਨਾਂ ਸਾਰਿਆਂ ਦੇ ਨਾਲ ਦਿਮਾਗ ਤੇਜ਼ ਕਿੰਨਾ ਕੁ ਕੀਤਾ ਜਾ ਸਕਦਾ ਬਾਰੇ ਖੋਜਾਂ ਨਹੀਂ ਹਨ। ਜੀ ਜਿਹੜੀਆਂ ਖੋਜਾਂ ਸਾਡੇ ਕੋਲ ਸਾਬਤ ਕਰ ਚੁੱਕੀਆਂ ਨੇ ਉਹ ਉਹਨਾਂ ਵਿੱਚੋਂ ਇੱਕ ਦਾ ਜ਼ਿਕਰ ਕਰਾਂਗੀ, ਜਿਸ 'ਚ ਉਹਨਾਂ ਨੇ ਤਿਲ, ਜੋ ਆਮ ਤੁਸੀਂ ਰਿਓੜੀਆਂ ਜਾਂ ਗੱਚਕ ਤੇ ਲੱਗਦੇ ਵੇਖਦੇ ਹੋ ਚਿੱਟੇ ਰੰਗ ਦੇ ਤਿਲ, ਉਹ ਤਿਲ ਜੇ ਤੁਸੀਂ ਅੱਧਾ ਚਮਚਾ ਰੋਜ਼ ਦਾ, ਤੁਸੀਂ ਜੇ ਭਾਵੇਂ ਪਰੌਂਠੀ ਖਾਣੀ ਹੈ ਸਵੇਰੇ ਉਹ ਜਾਂ ਦਲੀਆ ਖਾ ਰਹੇ ਹੋ ਉਹਦੇ 'ਚ ਮਿਕਸ ਕਰ ਲਓ, ਸਬਜ਼ੀ ਖਾਣੀ ਉਹਦੇ 'ਚ ਮਿਕਸ ਕਰ ਲਓ, ਜੇ ਤੁਸੀਂ ਰੁਟੀਨ ਇਹ ਰੱਖੋ ਕਿ ਹਰ ਰੋਜ਼ ਇਹ ਤੇ ਨਾਲ ਪੇਠੇ ਦੇ ਬੀਜ ਜੇ ਰੁਟੀਨ ਬਣਾ ਲਓ ਕਿ ਅੱਧਾ ਚਮਚਾ ਉਹ, ਪ੍ਰੋਵਾਈਡਡ ਕਿ ਤੁਸੀਂ ਇਹਨਾਂ ਤੋਂ ਅਲਰਜਿਕ ਨਹੀਂ ਹੋ, ਜੇ ਖਾਸ ਖਿਆਲ ਰੱਖਣ ਦੀ ਲੋੜ ਹੈ, ਜੇ ਅਲਰਜੀ ਹੈ ਤਾਂ ਬਿਲਕੁਲ ਨਹੀਂ ਖਾਣੇ ਚਾਹੀਦੇ। ਅਦਰਵਾਈਜ਼ ਜੇ ਇਹ ਦੋ ਰੈਗੂਲਰ ਖਾਧੇ ਜਾਣ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਸੀਂ ਰੈਗੂਲਰ ਵਰਤ ਸਕਦੇ ਹੋ। ਇਹਦੇ ਨਾਲ ਵੇਖਿਆ ਗਿਆ ਕਿ ਜਿਹੜੀਆਂ ਮਾਵਾਂ ਇਹ ਜ਼ਿਆਦਾ ਰੈਗੂਲਰ ਵਰਤਦੀਆਂ ਰਹੀਆਂ ਸੀ, ਇਸ ਤੋਂ ਵੱਧ ਵੀ ਨਹੀਂ ਲੈਣੇ, ਕਿਤੇ ਤੁਸੀਂ ਕੜਛੀਆਂ ਭਰ ਕੇ ਖਾਣਾ ਸ਼ੁਰੂ ਕਰ ਦਿਓ, ਯਾਨੀ ਇੰਨੀ ਮਿਕਦਾਰ ਚ ਜੇ ਲਓਗੇ ਤਾਂ ਤੁਸੀਂ ਇਹ ਦੇਖਣ ਵਿੱਚ ਆਇਆ ਕਿ ਸਟੱਡੀ ਦੇ ਵਿੱਚ ਲਗਭਗ 73% ਬੱਚੇ ਜੋ ਸੀ ਇਹਨਾਂ ਸਾਰੀਆਂ ਮਾਵਾਂ ਵਿੱਚੋਂ, ਉਹਨਾਂ ਦਾ ਕੋਗਨੀਟਿਵ ਯਾਨੀ ਜਿਹੜੀ ਸੀ ਉਹ ਡਿਵੈਲਪਮੈਂਟ ਬਾਕੀਆਂ ਨਾਲੋਂ ਬੈਟਰ ਹੋਈ ਹੋਈ ਸੀ, ਸੋ ਬੌਧਿਕ ਵਿਕਾਸ ਵੱਧ ਸੀ। ਇਸੇ ਲਈ ਅਸੀਂ ਐਡਵਾਈਜ਼ ਕਰਦੇ ਹਾਂ ਕਿ ਇਹ ਲਓ, ਕਿਉਂਕਿ ਇਹ ਚਮਤਕਾਰੀ ਤਾਂ ਨਹੀਂ, ਹੌਲੀ ਹੌਲੀ ਅਸਰ ਕਰਨਾ, ਇਹ ਨਹੀਂ ਕਿ ਤੁਸੀਂ ਕਹੋ ਕਿ ਮੈਂ 7ਵੇਂ ਮਹੀਨੇ ਖਾਣਾ ਸ਼ੁਰੂ ਕੀਤਾ ਤੇ ਹੁਣ ਕੁਛ ਦਿਸਿਆ ਨਹੀਂ, ਜਦੋਂ ਹਰ ਰੋਜ਼ ਦਾ ਉਹਦਾ ਦਿਮਾਗ ਵੱਧ ਰਿਹਾ ਦਾ ਮਤਲਬ ਇਹ ਤਾਂ ਲਾਜ਼ਮੀ ਹੈ। ਪਰ ਇੱਕ ਮੈਂ ਬਹੁਤ ਅਹਿਮ ਗੱਲ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਬੱਚੇ ਦੇ ਲਗਾਤਾਰ ਦਿਮਾਗ ਵੱਲ ਲਹੂ ਵੀ ਜਾ ਰਿਹਾ, ਜੇ ਜੋ ਖੁਰਾਕ ਮਾਂ ਨੇ ਖਾਣੀ ਉਹ ਵੀ ਜਾ ਰਿਹਾ, ਤੇ ਉਹਦਾ ਕੁਦਰਤ ਨੇ ਇੰਨਾ ਮਹੀਨ ਬੈਲੈਂਸ ਬਣਾਇਆ ਹੁੰਦਾ ਕਿ ਉਹਨੂੰ ਮਾਂ ਵੱਲੋਂ ਕਹੀ ਗੱਲ, ਮਾਂ ਦੇ ਤਣਾਓ, ਮਾਂ ਦਾ ਉੱਚੀ ਬੋਲਣਾ, ਮਾਂ ਦਾ ਰੋਣਾ ਹੱਸਣਾ, ਇਹ ਸਾਰੀਆਂ ਚੀਜ਼ਾਂ ਦਾ ਉਸ ਬੱਚੇ ਉੱਤੇ ਅਸਰ ਪੈਂਦਾ ਜੀ। ਸੋ ਜੇ ਮਾਂ ਖੁਸ਼ ਨਹੀਂ ਹੈ, ਤੁਸੀਂ ਕੁਇੰਟਲ ਵੀ ਬੀਜ ਖਾ ਲਓ ਤੇ ਕੁਛ ਵੀ ਨਹੀਂ ਬਣਨਾ। ਇਹਦਾ ਮਤਲਬ ਹੈ ਕਿ ਉਹ ਸੁਖਾਵਾਂ ਮਾਹੌਲ ਬਹੁਤ ਜ਼ਰੂਰੀ ਹੈ। ਇਸੇ ਲਈ ਮੈਂ ਸ਼ੁਰੂ 'ਚ ਹੀ ਗੱਲ ਕੀਤੀ ਸੀ, ਮੈਂ ਬਹੁਤ ਖੁਸ਼ ਹੋਈ ਜਦੋਂ ਮੈਨੂੰ ਵੀਰਾਂ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਸਾਡਾ ਬੱਚਾ ਕਿਵੇਂ ਤੰਦਰੁਸਤ ਹੋਏ। ਦਾ ਮਤਲਬ ਹੈ ਕਿ ਜੇ ਆਪਸੀ ਰਿਸ਼ਤੇ ਅਸੀਂ ਨਿੱਘੇ ਬਣਾ ਲੈਂਦੇ ਹਾਂ ਜਾਂ ਅਸੀਂ ਮਾਹੌਲ ਇਹੋ ਜਿਹਾ ਸਿਰਜਦੇ ਹਾਂ ਜਿੱਥੇ ਉਸ ਬੱਚੇ ਦੇ ਆਉਣ ਦੀ ਖੁਸ਼ੀ ਹੋਵੇ, ਤਾਂ ਉਹ ਸੁਨੇਹਾ ਉਹਨੂੰ ਜ਼ਰੂਰ ਪਹੁੰਚਦਾ ਜੇ ਅੰਦਰ, ਤੇ ਇਹੋ ਜਿਹੇ ਬੱਚੇ ਬਹੁਤ ਵਧੀਆ ਪ੍ਰਫੁੱਲਿਤ ਹੁੰਦੇ ਨੇ,
ਉਹ ਪਿਆਰ ਤੇ ਮੁਹੱਬਤ ਤੇ ਸੰਗੀਤ ਦੀ ਜੋ ਧੁਨੀ ਉਹਨਾਂ ਕਲਪ ਤੋਂ ਪਹੁੰਚ ਜਾਂਦੀ ਹੈ ਮਾਂ ਦੇ ਢਿੱਡ ਦੇ ਅੰਦਰ, ਬੇਮਿਸਾਲ ਸ਼ਖਸੀਅਤ ਦੇ ਮਾਲਕ ਹੋ ਕੇ ਨਿਕਲਦੇ ਨੇ। ਇੱਕ ਨਹੀਂ ਅਨੇਕ ਬੱਚੇ ਅਸੀਂ ਵੇਖ ਚੁੱਕੇ ਹਾਂ ਜੀ ਜਿੱਥੇ ਇਹ ਬੱਚੇ ਰੋਂਦੂ ਵੀ ਨਹੀਂ ਹੁੰਦੇ ਬਾਅਦ ਵਿੱਚ, ਤੇ ਫਿਰ ਵੱਡੇ ਹੋਣ ਤੱਕ ਉਹ ਫਿਕਰ ਵੀ ਕਰਦੇ ਨੇ ਕਿ ਸਾਡੇ ਇਹ ਮਾਪੇ ਨੇ, ਅਟੈਚਮੈਂਟ ਵੱਧ ਹੁੰਦੀ ਹੈ। ਸੋ ਇਹ ਚੀਜ਼ਾਂ ਜੇ ਅਸੀਂ ਜੋ ਅਸੀਂ ਇੱਕ ਨਹੀਂ ਅਨੇਕ ਖੋਜਾਂ ਦੇ ਬਾਅਦ ਸਾਹਮਣੇ ਆ ਚੁੱਕੀਆਂ ਨੇ, ਫਾਲੋ ਅਪ ਬੱਚਿਆਂ ਦੇ ਅੱਗੋਂ 5-5 ਸਾਲ ਤੱਕ ਵੀ ਹੁੰਦੇ ਰਹੇ, ਇਹ ਚੀਜ਼ਾਂ ਵਾਕਈ ਬੈਨੀਫਿਸ਼ਲ ਨੇ। ਸੋ ਜੇ ਮਾਹੌਲ ਕਰਦਾ ਚੰਗਾ ਹੋਵੇ, ਪਿਆਰ ਤੇ ਮੁਹੱਬਤ ਵੰਡੀ ਜਾ ਰਹੀ ਹੋਵੇ ਤੇ ਮਾਂ ਪੂਰੀ ਨੀਂਦ ਵੀ ਲੈ ਰਹੀ ਹੋਵੇ, ਰੈਸਟ ਵੀ ਕਰੇ ਤੇ ਨਾਲ ਐਕਸਰਸਾਈਜ਼ ਕਰੇ ਤੇ ਨਾਲ ਸੰਤੁਲਿਤ ਖੁਰਾਕ ਖਾਂਦੀ ਰਹੇ, ਤਾਂ ਫਿਰ ਬੱਚਾ ਤੇ ਬਾਕਮਾਲ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਏਗਾ। ਜੀ ਬਿਲਕੁਲ, ਤੇ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਦੀ ਹੈ ਕਿ ਜਿਸ ਤਰ੍ਹਾਂ ਮੈਮ ਨੇ ਕਿਹਾ ਕਿ ਮਾਂ ਨੇ ਜਿਹੜੀ ਨੀਂਦ ਪੂਰੀ ਲੈਣੀ ਹੈ, ਪੂਰੀ ਨੀਂਦ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਦਿਨ ਰਾਤ ਸੁੱਤੇ ਰਹੋ, ਤੇ ਤੁਸੀਂ ਟਾਈਮ ਟੂ ਟਾਈਮ ਨੀਂਦ ਪੂਰੀ ਕਰਨੀ ਹੈ ਜੀ, ਤੇ ਨਾਲ ਨਾਲ ਤੁਸੀਂ ਐਕਸਰਸਾਈਜ਼ ਵੀ ਕਰਦੇ ਰਹੋ ਤਾਂ ਕਿ ਬੱਚਾ ਥੋੜਾ ਰਿਸ਼ਟ ਪੁਸ਼ਟ ਰਹੇ। ਤੇ ਇਹਦੇ ਨਾਲ ਹੀ ਮੈਮ, ਜਿਵੇਂ ਆਪਾਂ ਅੰਡਿਆਂ ਦੀ ਗੱਲ ਕੀਤੀ, ਮੀਟ ਦੀ ਗੱਲ ਕੀਤੀ, ਤੇ ਜੇ ਆਪਾਂ ਮੱਛੀ ਦੀ ਗੱਲ ਕਰ ਲਈਏ ਤਾਂ ਕੀ ਗਰਭਵਤੀ ਔਰਤ ਦੇ ਲਈ ਮੱਛੀ ਫਾਇਦੇਮੰਦ ਹੈ? ਜੀ ਮੈਂ ਉਸ ਤੋਂ ਪਹਿਲਾਂ ਤੁਸੀਂ ਕਿਉਂਕਿ ਗੱਲ ਰੈਸਟ ਦੀ ਕੀਤੀ, ਮੈਂ ਇੱਕ ਸੈਕਿੰਡ ਉਹ ਵੀ ਜ਼ਰੂਰ ਦੱਸ ਦਿਆਂ ਕਿ ਕਿੰਨੀ ਰੈਸਟ। ਬਿਲਕੁਲ ਠੀਕ ਤੁਸੀਂ ਕਿਹਾ ਕਿ ਮਾਂ ਨੂੰ, ਜਿਵੇਂ ਆਮ ਵੱਡੇ ਆਪਾਂ ਕਈ ਵਾਰ ਸਾਰ ਲੈਂਦੇ ਹਾਂ ਕਿ ਦਿਨੇ ਰੈਸਟ ਦੀ ਨਹੀਂ ਲੋੜ, ਤਾਂ ਰਾਤ ਦੀ ਜੋ ਨੀਂਦਰ ਹੈ ਉਹ ਅਸੀਂ ਆਮ ਤੌਰ ਤੇ ਮਾਂ ਲਈ ਕਹਿੰਦੇ ਹਾਂ ਕਿ ਲਗਭਗ ਉਸ ਲਈ 7 ਤੋਂ 8 ਘੰਟੇ ਦੀ ਨੀਂਦਰ ਜ਼ਰੂਰੀ ਜੇ, ਉਹਦੇ ਵਿੱਚ 1-1.5 ਘੰਟੇ ਦਾ ਨੈਪ ਦਿਨੇ ਵੀ ਲੋੜ ਹੈ। ਕਾਰਨ ਇਹ ਕਿ ਜਦੋਂ ਮਾਂ ਜਾਗਦੀ ਤੁਰਦੀ ਫਿਰਦੀ ਕੰਮ ਕਰਦੀ ਹੈ, ਉਦੋਂ ਬੱਚੇ ਦੀ ਹਿਲਜੁਲ ਹੋਣੀ ਬੰਦ ਹੋ ਜਾਂਦੀ ਹੈ। ਉਹ ਇੱਕਦਮ ਕਿਉਂਕਿ ਖੜੀ ਹੈ ਮਾਂ, ਯੂਟਰਸ ਕੰਟਰੈਕਟਿਡ ਹੁੰਦਾ, ਉਹਦੀ ਹਿਲਜੁਲ ਨਹੀਂ ਹੁੰਦੀ। ਸੋ ਜਦੋਂ ਬੱਚੇ ਨੂੰ ਰੈਸਟ ਉਦੋਂ ਹੀ ਮਿਲਦਾ ਜਦੋਂ ਮਾਂ ਲੇਟੀ ਹੈ ਜਾਂ ਸੌਂ ਗਈ ਹੈ, ਯੂਟਰਸ ਰਿਲੈਕਸ ਹੋਇਆ ਉਹ ਮਸਲਸ, ਤਾਂ ਉਦੋਂ ਬੱਚਾ ਆਪਣੀ ਹਿਲਜੁਲ ਕਰਕੇ ਕਿਕਸ ਮਾਰਦਾ, ਗੱਲਾਂ ਕਰਦਾ। ਮੈਂ ਆਪਾਂ ਉਹ ਵੀ ਗੱਲ ਕਰਾਂਗੇ ਕਿ ਕਿਸ ਤਰੀਕੇ ਤੁਸੀਂ ਬੱਚੇ ਨੂੰ ਖੇਡ ਸਿਖਾ ਸਕਦੇ ਹੋ, ਮਾਂ ਦੇ ਢਿੱਡ ਅੰਦਰ ਖੇਡ ਸਕਦੇ ਹੋ, ਯਾਨੀ ਬੱਚੇ ਨੂੰ ਇੰਟੈਲੀਜੈਂਟ ਬਣਾਉਣ ਲਈ ਇਹ ਵੀ ਇੱਕ ਬੜਾ ਕਮਾਲ ਦਾ ਢੰਗ ਹੈ। ਉਹ ਕਿਵੇਂ ਆਪਾਂ ਖੇਡ ਸਕਦੇ ਹਾਂ ਉਹਦੀ ਵੀ ਜ਼ਰੂਰ ਗੱਲ ਕਰਾਂਗੇ, ਪਹਿਲਾਂ ਮੱਛੀ ਦੀ ਗੱਲ ਕਰ ਲਈਏ। ਦਰਅਸਲ ਸੈਲਮਨ ਮੱਛੀ ਬਹੁਤ ਇਹਦੇ ਲਈ ਚੰਗੀ ਗਿਣੀ ਗਈ ਹੈ ਕਿਉਂਕਿ ਉਹਦੇ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਨੇ ਜੋ ਦਿਮਾਗ ਦੀ ਲਈ, ਉਹਨਾਂ ਦੀ ਬਣਤਰ ਠੀਕ ਰੱਖਣ ਲਈ ਬੜੇ ਲਾਹੇਵੰਦ ਨੇ। ਹੁਣ ਇਹਨਾਂ ਵਿੱਚ ਨਾ ਸਿਰਫ ਦਿਮਾਗ ਬਦਲੇ, ਬੱਚੇ ਦੀਆਂ ਅੱਖਾਂ ਸਿਹਤਮੰਦ ਰੱਖਣ ਲਈ, ਲੰਮੇ ਸਮੇਂ ਤੱਕ ਉਹਦੀ ਨਜ਼ਰ ਠੀਕ ਰੱਖਣ ਲਈ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਹੈ। 2-3 ਖਾਸ ਚੀਜ਼ਾਂ ਮੈਂ ਇਹਦੇ ਚ ਦੱਸਦਿਆਂ ਕਿ ਮੱਛੀ ਤੁਸੀਂ ਹਫ਼ਤੇ ਵਿੱਚ 2 ਵਾਰ ਤੱਕ ਵੀ ਲਓ ਬਹੁਤ ਹੈ, ਜ਼ਿਆਦਾ ਖਾਣੀ ਚਾਹੋ ਤਾਂ ਧਿਆਨ ਰੱਖਿਓ ਕਿ ਅੱਜ ਕੱਲ ਕੁਝ ਮੱਛੀਆਂ ਅਜਿਹੇ ਥਾਂ ਤੋਂ ਫੜੀਆਂ ਜਾਂਦੀਆਂ ਨੇ ਜਿੱਥੇ ਪਾਣੀ ਦੇ ਵਿੱਚ ਮਰਕਰੀ ਲੈਵਲਸ ਕਾਫੀ ਵੱਧ ਲੱਭੇ ਗਏ, ਇਹ ਕਾਫੀ ਹਾਨੀਕਾਰਕ ਸਾਬਤ ਹੋ ਸਕਦੇ ਨੇ। ਇਸੇ ਲਈ ਮੈਂ ਥੋੜੀ ਘੱਟ ਮਾਤਰਾ ਚ ਦੱਸਿਆ ਕਿਉਂਕਿ ਸਾਨੂੰ ਇਹ ਪਤਾ ਹੀ ਨਹੀਂ ਲੱਗ ਸਕਦਾ ਕਿਹੜੀ ਥਾਂ ਤੋਂ ਫੜੀਆਂ ਗਈਆਂ ਮੱਛੀਆਂ ਕਿਵੇਂ ਦਾ ਪਾਣੀ ਸੀ। ਸੋ ਥੋੜਾ ਜਿਹਾ ਜੇ ਇਸ ਪੱਖੋਂ ਅਸੀਂ ਧਿਆਨ ਰੱਖ ਸਕੀਏ ਤਾਂ ਬਹੁਤ ਵਧੀਆ ਗੱਲ ਹੈ। ਪਰ ਇਹ ਵੇਖਣ ਵਿੱਚ ਆਇਆ ਸੀ ਜਿਨ੍ਹਾਂ ਨੂੰ ਸੈਲਮਨ ਮੱਛੀ ਰੈਗੂਲਰ ਤੌਰ ਤੇ ਖੁਆਈ ਜਾਂਦੀ ਰਹੀ ਜਿੱਥੇ ਪਾਣੀ ਦਾ ਇਹ ਫਿਕਰ ਨਹੀਂ ਸੀ, ਕਿ ਉਹਨਾਂ ਬੱਚਿਆਂ ਦੀ ਲੰਬਾਈ ਮਾਂ ਦੇ ਢਿੱਡ ਅੰਦਰ ਥੋੜੀ ਜਿਹੀ ਵੱਧ ਲੱਭੀ। ਸੋ ਇਹ ਖੋਜ ਇੱਕ ਜ਼ਰੂਰ ਹੋਈ ਹੈ ਜਿਹੜੀ ਸਟੱਡੀ ਇੰਟਰਸਟਿੰਗ ਸੀ, ਕਿ ਇਹ ਖਾਸ ਤੌਰ ਤੇ ਮਿਕਦਾਰ ਦੇ ਨਾਲ ਜਦੋਂ ਦਿੱਤੀ ਗਈ ਦਾ ਮਤਲਬ ਇਹ ਕਿ ਬੱਚੇ ਦੀ ਸਿਹਤ ਨਾ ਸਿਰਫ ਉਹਦੀਆਂ ਅੱਖਾਂ ਤੇ ਦਿਮਾਗ ਵੀ, ਦਿਲ ਵੀ ਸਿਹਤਮੰਦ ਰਹਿੰਦਾ ਹੈ ਤੇ ਉਹ ਵਧਣਾ ਫੁੱਲਣਾ ਵੀ ਉਹਦਾ ਚੰਗਾ ਹੋ ਜਾਂਦਾ ਹੈ। ਜੀ 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 ਤੇ ਮੈਮ ਜਿਵੇਂ ਕਿ ਆਪਾਂ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਇੱਕ ਹੋਰ ਚੀਜ਼ ਜ਼ਰੂਰ ਮੈਂ ਇੱਕ ਸੌਰੀ ਤਾਂ ਝੱਟ ਲਈ, ਵਿਟਾਮਿਨ ਡੀ ਵੀ ਇਹਦੇ ਨਾਲ ਤੁਹਾਨੂੰ ਕਾਫੀ ਤਗੜਾ ਪਹੁੰਚ ਜਾਂਦਾ ਜੇ, ਜੋ ਹੱਡੀਆਂ ਤਗੜੀਆਂ ਕਰਨ ਲਈ ਬੱਚੇ ਲਈ ਕਾਫੀ ਲੋੜੀਂਦਾ ਜੀ। ਜੀ ਦੱਸੋ ਜੀ। ਤੇ ਮੈਮ ਮੈਂ ਪੁੱਛਣਾ ਚਾਹੁੰਦੀ ਸੀ ਤੁਹਾਨੂੰ ਕਿ ਜਿਸ ਤਰੀਕੇ ਨਾਲ ਜੇ ਆਪਾਂ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਗਰਮੀਆਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਰਦੀ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਠੰਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੱਛੀ ਖਾਣਾ ਫਾਇਦੇਮੰਦ ਹੈ, ਪਰ ਕੀ ਪ੍ਰੈਗਨੈਂਟ ਲੇਡੀਜ਼ ਨੇ ਜਿਹੜੀਆਂ ਉਹ ਗਰਮੀ ਦੇ ਵਿੱਚ ਵੀ ਮੱਛੀ ਲੈ ਸਕਦੀਆਂ ਨੇ?
क्योंकि मोस्टली जिहड़ी मच्छी है उहनूं आम घरां दे विच कहा जांदा कि बड़ी गर्म हुंदी आ, तां कि ऐसे मौसम दे विच ही हुण आपां सब नूं दस रहे आ कि मच्छी खाणी बहुत इंपोर्टेंट है, पर कि मौसम दा वी इस दे नाल कोई तालमेल हुंदा? देखो जे तुहाडे जिवें यानी मच्छी कई बार कुछ महीने मिलदी भी नहीं आपणे, सो उदों जे कोई इस तरह की गर्मी या सर्दी का वहम होए तां तुसीं फिश लिवर ऑयल दे कैप्सूल्स मिल जांदे ने जी जिन्हां विच तुहानूं विटामिन ए ते डी बेहतरीन मिल सकदे ने। उहनां विच खास तौर ते इक डीएचए नाल पाया हुंदा है जिस दे नाल दिमाग तंदुरुस्त रहिंदा जे, ज्यादा देर ईवन याददाश्त दी शक्ति भी वध जांदी जे, तो वह चीजा लिया जा सकदियां ने जे कोई इहो जिहा गर्म या सर्दा होवे। पर फिर भी जो असीं क्योंकि बतौर एक डॉक्टर इहो जी गर्मी सर्दी का बहुता करते नहीं, पर क्योंकि अवेलेबल ही नहीं जदों उदों तुसीं वह कैप्सूल दे राहीं खाधी जा सकदी है, क्योंकि इस विटामिन डी उन्होंने नाल पाया हुंदा है, उस काफी बाकी यानी कई तरह के हॉर्मोन बनाउण च भी, फिर इम्यूनिटी लई भी, ते वैसे भी तुहाडी चमड़ी तो लैके हड्डियां तक सारा कुछ तंदुरुस्त रखने च उहदा बड़ा वधिया रोल है। जी, ते मैम जिवें तुसीं दस्सिया कि जिहड़ियां औरतां अपनी प्रेगनेंसी दे दौरान मच्छी खांदियां ने, ते देखिया गया कि उहनां दे जिहड़े बच्चे ने उहनां दे हाइट जिहड़ी ओह वधी हुई पाई गई, तां हुण कई औरतां अजिहियां वी होणगियां जिहड़ियां आपां नूं सुण रहियां होणगियां, उहनां दे मन च इह गल आएगी कि मैं क्यों ना खाधी तां कितें मेरे बच्चे दी जिहड़ी हाइट है ओह घट ना जावे, तां उहनां लई वी कुछ सुजैसट करो कि जिहड़ियां दुध पिला रहियां ने मावां या ओह की कुछ कर सकदियां ने, क्योंकि अज कल जे असीं देखिए तां बच्चियां दे कद बहुत घट रहे ने, कि मुंडिया दी हाइट 5'8" 9" तो नहीं वध रही, कुड़ियां दी हाइट 5'2" 3" तो नहीं वध रही, तां इह जरूर सुजेस्ट कीता जावे मापिआं नूं कि कहिड़े कहिड़े खाने ने जिहड़ियां मावां अपने खाने दे विच लै सकदियां ने, कहिड़े कहिड़े विटामिनस ने या की खुराक लैणगीआं जिस दे नाल बच्चिआं दे कद काठ वी सोहणे पुराने टाइम वाले जिवें आपां कहिंदे सी ना 6-6 फुट लंबे गभरू मुटियारां हुंदियां सी, कि उस तरीके दे हो जाण? देखो असीं आम तौर ते हुण मैं जिथे बैठी हाँ मेडिकल कॉलेज दे विच साडे कोल बच्चे आउंदे ने, ते बहुतियां मावां आ के कह देणगियां बच्चा 18 या 19 साल दा हो गया, हुण असीं इहनूं लंबा करना है। ये कोई स्विच ऑन ऑफ वाला सिस्टम कुदरत ने शरीर विच फिट नहीं कीता होया, तो इहदा मतलब है कि असीं सहज पके सो मीठा होए वांग चलदे हाँ। जे मैं आपां गल अज कर रहे हां कि मां दे ढिड अंदर ही बच्चे की ग्रोथ शुरू हो जाती है, मतलब है कि जे बच्चा सतमाया जम जाता है जो कि कह लो कि तुसी 1.5 किलो का ही होया बच्चा, तो ओदा मतलब ये है कि वो बच्चा वापस बाकी जेड़ा कि 3 किलो का या 3.5 किलो का पैदा होया उसके बराबर होंदिया ही उन्हें 5-6 साल लै जाने हैं, तो ये बच्चों की फाइनल हाइट घट रह जाती है। इसका मतलब है तनाव घटाओ, रेस्ट पूरा करो, खुराक ठीक लो, ताकि तुहाडे 9 महीने पूरे लंघ जाण। जे बाई चांस 9 महीने पूरे नहीं लंघ रहे, पहला बच्चा हो जाता है, तां उही खुराक जो पहला मां दे ढिड च जानी सी हुण बच्चे नूं देनी जरूरी है। उहदे लई खेडां बहुत जरूरी ने, कृपा करके मोबाइल फोन अपने बच्चे तो दूर कर दिओ, तो उहनूं जिन्ना खेडां लई प्रोत्साहित करोगे, जिन्ना उहनूं वधिया न्यूट्रिशियस खुराक जिस दे विच हरिया सब्जियां होण, जिस दे विच दुध दही पनीर लस्सी, फिर उहदे नालों नाल दालां दिओ रज के, अंडा दिओ, फिर इसे तरह जिवें आपां गल कीती है मच्छी या मीट उहनूं या चिकन जे तुसीं नॉन वेजिटेरियन हो तां दित्ता जा सकदा है। इहदे नालों नाल तुसीं जो उहने पढ़ाई तां खैर करनी है नहीं, मैं कह रही कि किते पढ़ाई छड़ा के सारा दिन भजाई रखो, पर उहदे विच नालों नाल उहनूं कुछ कसरतां जिहड़ियां लंबियां कर दिंदियां बच्चे नूं जरूर रखो, क्योंकि असीं स्ट्रैचिंग एक्सरसाइजेस जे होण भावें लमकणा शुरू कर देवे, जी स्विमिंग करे, साइकिलिंग करे, जो कि दिल लई भी बेहतरीन ने, ग्रोथ भी वधिया देणगे, मसल्स बणनगियां, ते जदों बोन स्ट्रोंग हुंदी है तां अपने आप लेंथ शुरू हो जांदी। सो इहदा मतलब है विटामिन डी भी होवे, इह सारियां चीजां खुराक राहीं ही जा सकदियां ने, जिस विच इक अहम रोल है कि तुसी बच्चे नूं जो भी आपां दिंदे आ फास्ट फूड्स ना होण, फिर उहदे विच जिन्ने क असीं अज आदि बना छड्डे ने बच्चों कोल्ड ड्रिंक्स का, ये बिल्कुल ना होण, तां बाकी घर की जिहड़ी मर्जी चीज तुसीं बना के उहनूं दिओ, ते खास तौर ते घिओ दी गल मैं करदे आ, क्योंकि घिओ बच्चे नूं जे तुसीं देना या मां नूं भी देना है जदों प्रैगनेंट है, बेस्ट हुण तक दा जो चुनिया गया हैगा वो देसी घिओ गया है, जिसनों कि असीं शुरू तों
ਪਿੰਡਾਂ ਵਿੱਚ ਵਰਤਦੇ ਹੁੰਦੇ ਸਾਂ, ਪਤਾ ਨਹੀਂ ਕਿਉਂ ਅਸੀਂ ਹੌਲੀ ਹੌਲੀ ਤੇਲ ਵੱਲ ਨੂੰ ਤੁਰੇ, ਜਾਂ ਫਿਰ ਅਸੀਂ ਓਲਿਵ ਆਇਲ ਹੋਏ ਜਾਂ ਕੋਈ ਹੋਰ ਤੇਲਾਂ ਵੱਲ ਤੁਰ ਗਏ ਹਾਂ ਕਿ ਅਸੀਂ ਤੇਲ ਨਾਲ ਬਣਾ ਰਹੇ ਹਾਂ, ਜਾਂ ਰਿਫਾਈਂਡ ਆਇਲ ਵੱਲ ਤੁਰ ਗਏ ਹਾਂ, ਜਦਕਿ ਬੈਸਟ ਜੋ ਕਿ ਦਿਲ ਨੂੰ ਸਿਹਤਮੰਦ ਵੀ ਰੱਖਦਾ ਜੇ, ਇਹ ਵਹਿਮ ਸਾਡੇ ਮਨਾਂ ਵਿੱਚ ਵਾੜ ਦਿੱਤਾ ਗਿਆ, ਜਿਸ ਦੀ ਕਿ ਖੋਜ ਹੁਣ ਸਾਹਮਣੇ ਆ ਚੁੱਕੀ ਕਿ ਜਦੋਂ ਇਹ ਸਾਨੂੰ ਓਲਿਵ ਆਇਲ ਜਾਂ ਪਾਮ ਓਇਲ ਵੱਲ ਨੂੰ ਇਹ ਮੋੜਿਆ ਗਿਆ ਸੀ, ਜੀ ਉਦੋਂ ਕੁਝ ਮੁਲਕਾਂ ਨੇ ਅਜਿਹੀਆਂ ਖੋਜਾਂ ਸਾਹਮਣੇ ਲਿਆ ਧਰੀਆਂ ਸੀ, ਤੇ ਉਹ ਖੋਜਾਂ ਦਰਅਸਲ ਪੈਸੇ ਦੇ ਕੇ ਕਰਵਾਈਆਂ ਗਈਆਂ ਸੀ ਕੰਪਨੀਆਂ ਵੱਲੋਂ, ਤੇ ਉਹ ਪਾਮ ਓਇਲ ਜਿਵੇਂ ਤੁਹਾਡੇ ਸਾਹਮਣੇ ਹੀ ਹੈ ਕਿ ਉਹਦੇ ਬੇਸ ਤੇ ਮੁਲਕਾਂ ਨੇ ਆਪਣੀ ਇਕਨੋਮੀ ਖੜੀ ਕਰ ਦਿੱਤੀ, ਤੇ ਹੁਣ ਸਾਬਤ ਹੋ ਗਿਆ ਕਿ ਸਭ ਤੋਂ ਵਧੀਆ ਦੇਸੀ ਘਿਓ ਸੀ। ਅਸੀਂ ਪਿੰਡਾਂ ਵਿੱਚ ਵੀ ਝਾਤ ਮਾਰੀਏ, ਸਾਡੇ ਦੇਸੀ ਘਿਓ ਖਾਣ ਵਾਲੇ ਬਜ਼ੁਰਗ ਬੋਰੀ ਚੁੱਕ ਕੇ ਵੀ ਤੁਰ ਪੈਂਦੇ ਸਨ, ਕਣਕ ਦੀ ਕੁਝ ਵੀ ਨਹੀਂ ਸੀ ਹੁੰਦਾ, ਤੇ ਅੱਜ ਨੌਜਵਾਨ ਸਾਡੀਆਂ ਧੀਆਂ ਵੀ ਗੋਡੇ ਫੜ ਕੇ ਬਹਿ ਜਾਂਦੀਆਂ ਕਿ ਅਸੀਂ ਆਹ ਦੁੱਖ ਰਿਹਾ, ਹੁਣ ਇਹ ਦੁੱਖ ਰਿਹਾ, ਹੁਣ ਇਸ ਪਾਸਿਓਂ ਦੁਖੀ ਹਾਂ। ਸੋ ਮਤਲਬ ਇਹ ਕਿ ਜੇ ਅਸੀਂ ਵਾਕਈ ਸਿਹਤਮੰਦ ਰਹਿਣਾ ਹੈ ਤਾਂ ਦੇਸੀ ਘਿਓ, ਪਰ ਉਹ ਕੜਛੀਆਂ ਭਰ ਭਰ ਕੇ ਨਹੀਂ, ਜੀ ਸਾਨੂੰ ਰੂਟੀਨ ਜਿਹੜਾ ਆਮ ਤੜਕੇ ਲਈ ਤੁਸੀਂ ਸਾਰੀ ਦੀ ਸਾਰੀ ਸਬਜ਼ੀ ਵਿੱਚ ਜੇ ਪੌਣੀ ਕੁ ਕੜਛੀ ਤੱਕ ਪਾ ਲੈਂਦੇ ਹੋ ਤਾਂ ਓਨਾ ਸਫੀਸ਼ੀਐਂਟ ਹੈ, ਉੱਪਰ ਐਕਸਟਰਾ ਨਾ ਪਾਓ, ਤਾਂ ਦੇਸੀ ਘਿਓ ਅੱਜ ਦੀ ਬੈਸਟ ਹੈ। ਜੀ 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 ਤੇ ਦੇਸੀ ਘਿਓ ਦੇ ਨਾਲ ਨਾਲ ਮੈਮ ਜੇ ਗੱਲ ਕੀਤੀ ਜਾਵੇ ਪਾਣੀ ਦੀ, ਤਾਂ ਗਰਭਵਤੀ ਔਰਤਾਂ ਨੂੰ ਪਾਣੀ ਕਿੰਨੀ ਕੁ ਮਾਤਰਾ ਦੇ ਵਿੱਚ ਲੈਣਾ ਚਾਹੀਦਾ? ਦੇਖੋ ਸਾਡਾ ਸਰੀਰ ਤਾਂ ਸਾਰਾ ਪਾਣੀ ਦੇ ਉੱਤੇ ਹੀ ਖੜਾ, ਤੇ ਜਦੋਂ ਆਮ ਤੌਰ ਤੇ ਕੀ ਹੁੰਦਾ ਕਿ ਤੁਹਾਡਾ ਮਾਂ ਜਦੋਂ ਪ੍ਰੈਗਨੈਂਟ ਹੁੰਦੀ ਹੈ ਲੇਡੀ, ਤਾਂ ਉਹਦੇ ਵਿੱਚ ਉਹਦਾ ਜਿਹੜਾ ਲਹੂ ਦਾ ਵੋਲਿਊਮ ਹੈ, ਮਤਲਬ ਉਹਦੇ ਜੋ ਖੂਨ ਦੌਰਾ ਕਰ ਰਿਹਾ, ਲਗਭਗ 45% ਵੱਧ ਹੋ ਜਾਂਦਾ ਜੀ। ਸੋ ਇਹਦਾ ਮਤਲਬ ਹੋਇਆ ਕਿ ਜੇ ਆਪਾਂ ਪਾਣੀ ਪੀਣਾ ਨਾ ਵਧਾਈਏ ਤਾਂ ਇਹ ਮਾਵਾਂ ਨੂੰ ਪਤਾ ਹੀ ਨਹੀਂ ਲੱਗਦਾ, ਤੇ ਉਹਨਾਂ 'ਚ ਡੀਹਾਈਡਰੇਸ਼ਨ ਜਾਂ ਪਾਣੀ ਦੀ ਘਾਟ ਆਮ ਹੀ ਹੋ ਜਾਂਦੀ ਹੈ, ਜੋ ਬੱਚੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਮਾਵਾਂ ਲਈ ਵੀ। ਸੋ ਇਹ ਪਹਿਲੀ ਚੀਜ਼ ਤਾਂ ਉਹਦੇ ਨਾਲ ਦੇਖੋ ਚੀਜ਼ਾਂ ਕੀ ਦੇਖੀਆਂ ਗਈਆਂ, ਥਕਾਵਟ ਵੱਧ ਹੋ ਸਕਦੀ ਹੈ, ਤੁਹਾਡਾ ਚਿੜਚਿੜਾਪਨ ਆ ਸਕਦਾ ਹੈ, ਘਬਰਾਹਟ ਹੋ ਸਕਦੀ ਹੈ, ਬੇਹੋਸ਼ੀ ਤੱਕ ਹੋ ਸਕਦੀ ਹੈ, ਫਿਰ ਤੁਹਾਡੇ ਪਿਸ਼ਾਬ ਵਿੱਚ ਪੀਕ ਪੈ ਸਕਦੀ ਹੈ, ਕੰਸਨਟ੍ਰੇਟਿਡ ਜੇ ਯੂਰਿਨ ਰਹਿ ਜਾਏ। ਸੋ ਯਾਨੀ ਇੱਕ ਤਰੀਕੇ ਤੁਸੀਂ ਕਹਿ ਦਿਓ ਕਿ 2 ਤੋਂ 3 ਲੀਟਰ ਪਾਣੀ ਹਰ ਰੋਜ਼ ਮਾਂ ਨੂੰ ਹਰ ਹਾਲ ਵਿੱਚ ਪੀਣਾ ਚਾਹੀਦਾ, ਤਾਂ ਕਿ ਬੱਚਾ ਵੀ ਤੰਦਰੁਸਤ ਰਹੇ ਤੇ ਆਪ ਵੀ ਤੰਦਰੁਸਤ ਰਹੇ, ਇਹ ਜ਼ਰੂਰੀ ਜੇ, ਕਿਉਂਕਿ ਡੀਹਾਈਡਰੇਸ਼ਨ ਵਾਕਈ ਬਹੁਤ ਖਤਰਨਾਕ ਹੋ ਸਕਦੀ ਹੈ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੱਸ ਦਿਆਂ ਕਿ ਇਸ ਪਾਣੀ ਦੇ ਨਾਲ ਬਿਲਕੁਲ ਕਿਸੇ ਵੀ ਹਾਲ ਵਿੱਚ ਕੋਲਡ ਡਰਿੰਕਸ ਸ਼ਾਮਲ ਨਹੀਂ ਹੋਣੇ ਚਾਹੀਦੇ, ਇਹਨਾਂ ਵਿੱਚ ਕੌਫੀ ਜਾਂ ਚਾਹ ਤੁਸੀਂ ਜ਼ਰੂਰ ਇੱਕ ਅੱਧ ਵਾਰ ਦੋਨੋਂ ਲੈ ਸਕਦੇ ਹੋ, ਪਰ ਉਸ ਤੋਂ ਇਲਾਵਾ ਚੰਗੀ ਗੱਲ ਇਹ ਕਾਂਜੀ ਲੈ ਲਈ ਜਾਵੇ, ਲੱਸੀ ਲੈ ਲਈ ਜਾਵੇ, ਜਾਂ ਤੁਸੀਂ ਸੂਪ ਲੈ ਸਕਦੇ ਹੋ, ਵੈਜੀਟੇਬਲ ਸੂਪ, ਚਿਕਨ ਸੂਪ, ਉਹ ਚੀਜ਼ਾਂ ਦਾ ਨਾਲ ਐਡ ਕਰ ਲਵੋ, ਪਰ ਇਹਨਾਂ 3 ਲੀਟਰ ਲਿਕੁਇਡ ਬਹੁਤ ਜ਼ਰੂਰੀ ਜੇ ਹਰ ਰੋਜ਼ ਲੈਣਾ। ਮੈਂ ਫਿਰ ਦੁਹਰਾ ਦਿਆਂ, ਚਾਹ ਜਾਂ ਕੌਫੀ ਜ਼ਿਆਦਾ ਨਹੀਂ ਲੈਣੀ, 1 ਕੱਪ ਹੀ ਰੱਖੋ, ਪਰ ਕੋਲਡ ਡਰਿੰਕਸ ਕਿਸੇ ਵੀ ਹਾਲ ਵਿੱਚ ਨਹੀਂ। ਜੀ ਮੈਮ, ਤੇ ਜਿਵੇਂ ਤੁਸੀਂ ਕਿਹਾ ਕਿ ਕੋਲਡ ਡਰਿੰਕ ਕਿਸੇ ਹਾਲ 'ਚ ਨਹੀਂ ਲੈਣਾ, ਪਰ ਮੈਂ ਸੁਣਿਆ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਨਾਰੀਅਲ ਪਾਣੀ ਦੇਣਾ ਬਹੁਤ ਜ਼ਰੂਰੀ ਹੁੰਦਾ। ਆਮ ਘਰਾਂ 'ਚ ਪਾਇਆ ਜਾਂਦਾ ਕਿ ਬੱਚਾ ਜਿਹੜਾ ਉਹਦਾ ਰੰਗ ਗੋਰਾ ਹੁੰਦਾ, ਤੇ ਸਿਰਫ ਬੱਚੇ ਨੂੰ ਗੋਰਾ ਕਰਨ ਦੇ ਲਈ ਪੀਤਾ ਜਾਂਦਾ ਜਾਂ ਇਹਦੇ ਹੋਰ ਵੀ ਕੋਈ ਫਾਇਦੇ ਹੁੰਦੇ ਨੇ? ਜੀ ਨਹੀਂ, ਇਹ ਗਲਤ ਫਹਿਮੀ ਹੈ ਕਿ ਉਹਦੇ ਨਾਲ ਰੰਗ ਗੋਰਾ ਹੁੰਦਾ, ਬਿਲਕੁਲ ਵੀ ਨਹੀਂ। ਇਹਦਾ ਮਤਲਬ ਇਹ ਹੁੰਦਾ ਨਾਈਜੀਰੀਆ ਵਿੱਚ ਤਾਂ ਫਿਰ ਸਾਰੇ ਇਹੀ ਨਾਰੀਅਲ ਪਾਣੀ ਪੀ ਪੀ ਕੇ ਕਮਾਲ ਕਰ ਜਾਂਦੇ, ਇਹੋ ਜਿਹਾ ਬਿਲਕੁਲ ਕੁਛ ਨਹੀਂ ਹੈ। ਪਰ ਨਾਰੀਅਲ ਪਾਣੀ ਦਾ ਵੀ ਉਹੀ ਕਾਰਨ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਮਾਂ ਨੂੰ ਉਹਦਾ ਸਰੀਰ ਅੰਦਰ ਪਾਣੀ ਯਾਨੀ ਪੂਰਾ ਰਵੇ, ਉਸੇ ਲਈ ਹੀ ਇਹ ਬਣਾ ਦਿੱਤੀਆਂ ਕਵਾਇਤਾਂ ਕਈ ਸਾਰੀਆਂ ਕਿ ਤੁਸੀਂ ਇਹ ਲਓ। ਸੋ ਮਤਲਬ ਤਾਂ ਉਹੀ ਹੈ, ਮਕਸਦ ਕਿ ਪਾਣੀ ਦੀ ਘਾਟ ਨਾ ਹੋਵੇ, ਪਾਣੀ ਉਹਨੂੰ ਪੂਰਾ ਜਾਂਦਾ ਰਹੇ। ਜੀ 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 ਤੇ ਮੈਮ ਇੱਕ ਇਹਦੇ ਨਾਲ ਹੀ ਆਪਾਂ ਇੱਕ ਹੋਰ ਛੋਟੀ ਜਿਹੀ ਗੱਲ ਹੈ ਕਿ ਕੇਸਰ ਕਹਿੰਦੇ ਨੇ ਕਿ ਅਖੀਰਲੇ ਦਿਨਾਂ ਦੇ ਵਿੱਚ ਕੇਸਰ ਖਾਣਾ ਵੀ ਜ਼ਰੂਰੀ ਹੁੰਦਾ, ਤੇ ਉਹਦੇ ਨਾਲ ਵੀ ਇਹੀ ਮੰਨਿਆ ਜਾਂਦਾ ਕਿ ਉਹ ਸਰੀਰ ਦੇ ਲਈ ਜਾਂ ਬੱਚੇ ਦੇ ਲਈ ਬਹੁਤ ਬੈਨੀਫੀਸ਼ੀਅਲ ਹੈ, ਤੁਸੀਂ ਉਹਦੇ ਬਾਰੇ ਕੀ ਕਹੋਗੇ? ਦੇਖੋ ਕਿਉਂਕਿ ਆਪਣਾ ਪ੍ਰੋਗਰਾਮ ਸੀ ਸਿਰਫ ਖੋਜਾਂ ਦੇ ਉੱਤੇ ਆਧਾਰਿਤ, ਅਜੇ ਤੱਕ ਦੀਆਂ ਜਿੰਨੀਆਂ ਵੀ ਖੋਜਾਂ ਜੋ ਕਿ ਡਾਕੂਮੈਂਟਡ ਨੇ, ਸਾਡੇ ਪਬਲਿਸ਼ ਹੋਈਆਂ ਹੋਈਆਂ ਨੇ ਜਰਨਲਸ ਦੇ ਵਿੱਚ, ਉਹਨਾਂ ਵਿੱਚ ਕੇਸਰ ਦੇ ਬਾਰੇ 1 ਵੀ ਖੋਜ ਨਹੀਂ ਹੋਈ। ਪਰ ਮੈਂ ਇਹਦੇ ਨਾਲ ਨਕਾਰ ਨਹੀਂ ਰਹੀ ਕਿ ਇਹਦਾ ਕੋਈ ਫਾਇਦਾ ਹੈ ਜਾਂ ਨਹੀਂ, ਕਿਉਂਕਿ ਸਾਡੀਆਂ
ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜੋ ਦਾਦੀਆਂ ਨਾਨੀਆਂ ਰਾਹੀਂ ਅਗਾਂਹ ਤੁਰਦੀਆਂ ਆ ਰਹੀਆਂ ਨੇ, ਜੀ ਉਹਨਾਂ ਤੇ ਇਸ ਵੇਲੇ ਕੁਝ ਤੇ ਤਾਂ ਖੋਜਾਂ ਚੱਲਦੀਆਂ ਪਈਆਂ ਨੇ, ਜਿਹੜੀ ਫਿਰ ਆਪਾਂ ਕਿਸੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਕਿ ਜਿਵੇਂ ਮੇਥੀ ਦੇ ਤੋਂ ਦਵਾਈਆਂ ਹੀ ਬਣਾਉਣੀਆਂ ਸ਼ੁਰੂ ਹੋ ਗਈਆਂ, ਤੇ ਸਾਡੇ ਵੱਡੇ ਬਜ਼ੁਰਗ ਕਿਹਾ ਕਰਦੇ ਸਨ ਮੇਥੀ ਤਾਂ ਜ਼ਰੂਰ ਹੀ ਲੈਣੀ ਹੈ। ਬਿਲਕੁਲ ਇਸੇ ਤਰ੍ਹਾਂ ਮੈਂ ਹੁਣ ਵੀ ਦੱਸਦਿਆਂ ਦੇ ਵਿੱਚ ਕਿ ਗੱਲ ਰਹਿ ਨਾ ਜਾਵੇ ਕਿ ਜਿਹੜੀਆਂ ਡਾਇਬਿਟਿਕ ਨੇ ਮਾਵਾਂ ਉਹ ਮੇਥੀ ਜ਼ਰੂਰ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਲੈਂਦੇ ਰਹਿਣ, ਤਾਂ ਉਹਨਾਂ ਦੀ ਭਾਵੇਂ ਉਹ ਫੁਲਕੇ ਚ ਪਾ ਲੈਣ ਜਾਂ ਵੈਸੇ ਸਬਜ਼ੀ ਲੈ ਲੈਣ ਜਾਂ ਜਿਵੇਂ ਵੀ ਉਹ ਲੈਣੀ ਚਾਹਣ, ਮੇਥੀ ਬਹੁਤ ਜ਼ਰੂਰੀ ਹੈ। ਉਹਦੇ ਨਾਲ ਬਹੁਤੀ ਵਾਰ ਬਿਨਾਂ ਦਵਾਈ ਦੇ ਹੀ ਸ਼ੂਗਰ ਕੰਟਰੋਲ ਦੇ ਵਿੱਚ ਹੋ ਜਾਂਦੀ ਹੈ। ਜੀ ਸੋ ਜੀ ਜੀ ਇਸੇ ਤਰ੍ਹਾਂ ਜਿਵੇਂ ਕੇਸਰ ਦੀ ਤੁਸੀਂ ਗੱਲ ਕੀਤੀ, ਹੋ ਸਕਦਾ ਹੈ ਅੱਗੇ ਆ ਕੇ ਖੋਜਾਂ ਰਾਹੀਂ ਕੁਝ ਸਾਬਤ ਹੋ ਜਾਏ, ਪਰ ਅੱਜ ਤੱਕ ਦੀਆਂ ਜਿਹੜੀਆਂ ਖੋਜਾਂ ਹਨ ਉਹਨਾਂ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਹੈ। ਜੀ ਤੇ ਮੈਮ ਇਸ ਦੇ ਨਾਲ ਹੀ ਗੱਲ ਕਰਾਂਗੇ ਸੁੱਕੇ ਮੇਵੇ, ਕਿ ਸੁੱਕੇ ਮੇਵਿਆਂ ਦਾ ਕਿੰਨਾ ਕੁ ਅਸਰ ਪੈਂਦਾ ਹੈ, ਖਾਣੇ ਚਾਹੀਦੇ ਨੇ ਜਾਂ ਫਿਰ ਨਹੀਂ ਖਾਣੇ ਚਾਹੀਦੇ, ਜੇ ਖਾਣੇ ਵੀ ਚਾਹੀਦੇ ਨੇ ਤਾਂ ਕਿਹੜੇ ਕਿਹੜੇ ਮੇਵੇ ਆ ਜਿਹੜੇ ਅਸੀਂ ਲੈ ਸਕਦੇ ਹਾਂ? ਦੇਖੋ ਵਿਟਾਮਿਨ ਮਿਨਰਲ ਵਗੈਰਾ ਉਹਦੇ ਵਿੱਚ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਇੰਨੇ ਸਾਰੇ ਨੇ ਜਿਨ੍ਹਾਂ ਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਕੇ ਤੇ ਹੋਰ ਅਨੇਕ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਭਰੀਆਂ ਪਈਆਂ ਨੇ। ਤਾਂ ਇੱਕ ਖਾਸ ਦੱਸਦੇ ਹਾਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਫੋਲੇਟ ਦਾ, ਜੋ ਕਿ ਦਿਮਾਗ ਲਈ ਜ਼ਰੂਰੀ ਹੈ, ਫੋਲਿਕ ਐਸਿਡ ਉਹ ਵੀ ਇਹਨਾਂ ਵਿੱਚ ਹੈ। ਹੁਣ ਇੱਕ ਯਾਨੀ ਇੱਕ ਤੁਸੀਂ ਕਹਿ ਲਓ ਅੰਦਾਜ਼ਾ ਕਿ ਤੁਸੀਂ ਜਦੋਂ ਮੁੱਠੀ ਆਪਣੀ ਖੁੱਲੀ ਨਹੀਂ ਬੰਦ ਕਰਦੇ ਹੋ, ਯਾਨੀ ਘੁੱਟ ਕੇ ਨਹੀਂ, ਉਹ ਤਾਂ ਬੰਦ ਹੀ ਹੋ ਜਾਏਗੀ, ਇੰਨੀ ਕੁ ਜਿਵੇਂ ਖੁੱਲੀ ਮੁੱਠੀ ਇਸ ਤਰ੍ਹਾਂ ਰੱਖੋ ਜਿਹਦੇ ਵਿੱਚ ਤੁਸੀਂ ਰਲਵੇਂ ਮਿਲਵੇਂ ਡਰਾਈ ਫਰੂਟਸ ਲੈਣੇ ਹੁੰਦੇ ਨੇ, ਜਿਨ੍ਹਾਂ 'ਚ ਤੁਸੀਂ ਬਦਾਮ ਵੀ ਹੋ ਸਕਦਾ, ਅਖਰੋਟ ਵੀ ਹੋ ਸਕਦਾ, ਕਾਜੂ ਵੀ ਹੋ ਸਕਦਾ, ਕਿਸ਼ਮਿਸ਼ ਵੀ ਹੋ ਸਕਦੀ ਹੈ। ਯਾਨੀ ਇੰਜ ਵੱਖੋ ਵੱਖਰੇ ਮੇਵੇ ਸੁੱਕੇ ਤੁਸੀਂ ਇੱਕ ਆਪਣੀ ਇਸ ਤਰ੍ਹਾਂ ਜਿਹੜਾ ਅੱਧ ਖੁੱਲੀ ਜੀ ਮੁੱਠੀ ਦੇ ਵਿੱਚ ਜਿੰਨੇ ਪੂਰੇ ਆ ਜਾਣ ਉਨੇ ਹੀ ਰੋਜ਼ ਲਏ ਜਾ ਸਕਦੇ ਨੇ, ਇਸ ਤੋਂ ਵੱਧ ਨਹੀਂ। ਜੀ ਪਰ ਇੱਕ ਖਾਸ ਖਿਆਲ ਰੱਖਿਓ ਕਿ ਕਈਆਂ ਨੂੰ ਤਗੜੀ ਐਲਰਜੀ ਹੁੰਦੀ ਜੇ, ਤੇ ਜਿਨ੍ਹਾਂ ਨੂੰ ਐਲਰਜੀ ਹੈ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਦੇਣੇ, ਤੇ ਜੰਮਣ ਤੋਂ ਬਾਅਦ ਬੱਚੇ ਨੂੰ ਵੀ ਕਿਸੇ ਵੀ ਹਾਲ ਵਿੱਚ ਨਹੀਂ ਦੇਣੇ ਚਾਹੀਦੇ ਪਹਿਲੇ 2 ਸਾਲ, ਕਿਉਂਕਿ ਇਹਨਾਂ ਤੋਂ ਐਲਰਜੀ ਕਈ ਵਾਰ ਇੰਨੀ, ਖਾਸ ਤੌਰ ਤੇ ਪੀਨਟਸ ਤੋਂ ਵੀ ਇੰਨੀ ਤਗੜੀ ਐਲਰਜੀ ਹੋ ਸਕਦੀ ਹੈ ਕਿ ਜਾਨ ਤੱਕ ਜਾ ਸਕਦੀ ਹੈ ਬੱਚੇ ਦੀ। ਤੋ ਇਸੇ ਕਰਕੇ ਅਸੀਂ ਮਾਂ ਨੂੰ ਤਾਂ ਭਾਵੇਂ ਜਦ ਜੇ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਐਲਰਜੀ ਨਹੀਂ ਤਾਂ ਰੈਗੂਲਰ ਭਾਵੇਂ ਲੈਂਦੇ ਰਹਿਣ, ਪਰ ਬੱਚੇ ਨੂੰ 2 ਸਾਲ ਦੀ ਉਮਰ ਤੱਕ ਨਹੀਂ, ਇੱਥੋਂ ਤੱਕ ਕਿ ਪੀਨਟ ਬਟਰ ਵੀ ਕਈ ਕੰਟਰੀਜ਼ ਤਾਂ ਨਹੀਂ ਦਿੰਦੇ ਕਿ ਐਲਰਜੀ ਹੋਏ ਤਾਂ ਕਈ ਵਾਰ ਜਾਨਲੇਵਾ ਸਾਬਤ ਹੋ ਸਕਦੀ ਹੈ। ਸੋ ਇਹਦੇ ਵਿੱਚ ਯਾਨੀ ਇੰਨੀ ਕੁ ਖਿਆਲ ਰੱਖਣ ਦੀ ਲੋੜ ਹੈ ਕਿ ਇੰਨਾ ਕੁ ਖਾਣ ਤੋਂ ਬਾਅਦ ਵਾਧੂ ਨਹੀਂ, ਪਰ ਜੇ ਮਾਂ ਨੂੰ ਪਹਿਲਾਂ ਵੀ ਕੋਈ ਕੋਲੈਸਟਰੋਲ ਰਿਲੇਟਡ ਪ੍ਰੋਬਲਮ ਹੈ ਜਾਂ ਬਹੁਤ ਭਾਰ ਵੱਧ ਹੋ ਚੁੱਕਾ ਹੈ, ਫਿਰ ਉਹ ਅਵੋਇਡ ਕਰ ਸਕਦੇ ਨੇ, ਥੋੜੀ ਘੱਟ ਮਾਤਰਾ ਵਿੱਚ ਲੈ ਲੈਣ, 2-4 ਬਦਾਮ ਰੋਜ਼ ਲੈ ਲਏ ਜਾਂ ਭਿਉਂ ਕੇ ਲੈ ਲਏ। ਆਮ ਤੌਰ ਤੇ ਪੁੱਛਦੇ ਨੇ ਭਿਉਂ ਕੇ ਲਈਏ ਕਿ ਕੱਚੇ ਖਾਈਏ, ਇਸੇ ਜੀ ਤਰ੍ਹਾਂ ਮੇਰਾ ਵੀ ਇਹੀ ਸਵਾਲ ਆਉਣ ਲੱਗਾ ਸੀ। ਜੀ ਪਹਿਲਾਂ ਹੀ ਦੱਸਦਿਆਂ ਭਿਉਣ ਨਾਲ ਸਿਰਫ ਤੇ ਸਿਰਫ ਉਹਦੇ ਵਿੱਚ ਪਾਣੀ ਹੋਈ ਜਾਣਾ, ਹੋਰ ਕੁਝ ਨਹੀਂ ਹੋਣਾ। ਤਾਂ ਜੇ ਦੰਦ ਵਧੀਆ ਨੇ ਤਾਂ ਚਬਾ ਕੇ ਖਾਓ, ਦੰਦਾਂ ਦੀ ਤਗੜੀ ਕਸਰਤ ਹੋ ਜਾਏਗੀ। ਕੱਜੇ ਚਬਾਉਣ ਜੋਗੇ ਨਹੀਂ ਹਨ, ਦੰਦਾਂ ਦੀ ਕੋਈ ਪ੍ਰੋਬਲਮ ਹੈ ਤਾਂ ਰਾਤ ਨੂੰ ਭਿਉਂ ਕੇ ਉਹਨੂੰ ਸ਼ਰਦਾਈ ਬਣਾ ਦੁੱਧ ਵਿੱਚ ਯਾਨੀ ਉਹਨੂੰ ਬਣਾ ਕੇ ਕਾੜ ਕੇ ਉਸ ਤਰ੍ਹਾਂ ਵੀ ਲਈ ਜਾ ਸਕਦੇ ਨੇ। ਸੋ ਇਹ ਤੁਸੀਂ ਜਿਵੇਂ ਮਰਜ਼ੀ ਲਓ, ਪਰ ਲਓ ਜ਼ਰੂਰ, ਕਿਉਂਕਿ ਇਹਨਾਂ ਵਿੱਚ ਅਸਲ 'ਚ ਜਿਹੜੇ ਅਸੀਂ ਕਈ ਸੁੱਕੇ ਫਲ ਲੈ ਲੈਂਦੇ ਹਾਂ ਜਿਨ੍ਹਾਂ ਨੂੰ ਮੇਵਿਆਂ ਵਿੱਚ ਕਈ ਗਿਣ ਲੈਂਦੇ ਨੇ, ਉਹ ਠੀਕ ਨਹੀਂ ਹਨ, ਕਿਉਂਕਿ ਉਹ ਡਰਾਈਡ ਫਰੂਟਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਨਟਸ ਨਹੀਂ, ਉਹਨਾਂ ਨੂੰ ਡਰਾਈਡ ਫਰੂਟਸ ਜਿਨ੍ਹਾਂ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਜੇ ਉਹ ਨਹੀਂ ਲੈਣੇ ਚਾਹੀਦੇ, ਇੰਨੀ ਵੱਧ ਸ਼ੂਗਰ ਸਾਨੂੰ ਅਸੀਂ ਸਾਡੀ ਮਾਵਾਂ ਲਈ ਠੀਕ ਨਹੀਂ ਹੈ। ਜੀ 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 ਤੇ ਮੈਮ ਤੁਸੀਂ ਫਲਾਂ ਤੋਂ ਵੀ ਚੇਤੇ ਕਰਵਾ ਦਿੱਤਾ, ਜਿੱਦਾਂ ਕਿ ਤੁਸੀਂ ਦੱਸਿਆ ਕਿ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਤੇ ਫਲਾਂ ਬਾਰੇ ਵੀ ਕੁਝ ਦੱਸੋ ਕਿ ਗਰਭਵਤੀ ਔਰਤਾਂ ਨੇ ਜਿਹੜੀਆਂ ਉਹ ਕਿਹੜੇ ਕਿਹੜੇ ਫਲ ਨੇ ਜਿਹੜੇ ਉਹ ਰੂਟੀਨ ਦੇ ਵਿੱਚ ਲੈ ਸਕਦੀਆਂ ਨੇ? ਦੇਖੋ ਸਭ ਤੋਂ ਵਧੀਆ ਫਲ ਜੋ ਅਜੇ ਤੱਕ ਜੋ ਕਿ ਸਾਡੇ ਕੋਲ ਹੁਣ ਤਾਂ ਸ਼ੁਕਰ ਹੈ ਕਿ ਮਿਲਣ ਲੱਗ ਗਿਆ, ਐਵੋਕੈਡੋ ਅਜੇ ਤੱਕ ਦੁਨੀਆ ਭਰ ਦੀਆਂ ਖੋਜਾਂ ਚ, ਕਿਉਂਕਿ ਬਹੁਤੀਆਂ ਖੋਜਾਂ ਹੋਈਆਂ ਹੀ ਜਾਂ ਆਸਟ੍ਰੇਲੀਆ ਵਿੱਚ ਨੇ ਜਾਂ USA ਵਿੱਚ ਨੇ ਜਾਂ ਕੈਨੇਡਾ ਵਿੱਚ ਨੇ, ਤੇ ਉਹਨਾਂ ਨੇ ਬਿਹਤਰੀਨ ਤੇ ਨੰਬਰ 1 ਫਰੂਟ ਜਿਹੜਾ ਗਰਭਵਤੀ ਔਰਤਾਂ ਲਈ ਐਵੋਕੈਡੋ ਦੱਸਿਆ, ਜਿਸ ਨਾਲ ਕਿ ਲੰਬੀ ਉਮਰ ਤੱਕ ਭੋਗਣ ਦਾ ਵਿੱਚ ਰਾਜ਼ ਲੁਕਿਆ ਪਿਆ, ਕਿਉਂਕਿ ਉਹਦੇ ਵਿੱਚ ਦਰਅਸਲ ਫਾਈਬਰ, ਵਿਟਾਮਿਨ B, ਫੋਲੇਟ, ਵਿਟਾਮਿਨ K, ਪੋਟਾਸ਼ੀਅਮ, ਕਾਪਰ, ਵਿਟਾਮਿਨ E, ਵਿਟਾਮਿਨ C, ਯਾਨੀ ਇੰਨਾ ਕੁਛ ਹੈ ਕਿ ਉਹ ਆਪਣੇ ਆਪ 'ਚ ਇੱਕ ਕੰਪਲੀਟ ਖੁਰਾਕ ਹੈ, ਜਿਹਨੂੰ ਵੈਸੇ ਵੀ ਖਾ ਸਕਦੇ ਹੋ, ਚਟਨੀ ਬਣਾ ਕੇ ਲੈ ਸਕਦੇ ਹੋ, ਉਹਦੇ 'ਚ
हेल्दी फैट्स भी ने, यानी कुदरती सिंधा भी उहदे च है। इस तो इलावा उहदे पोटाशियम जो है वह तुहाडी लत्तां च, रात नूं कई मावां कहिंदियां ने क्रैम्प्स जे होण लग जांदे हाँ ने, जी यानी लत्तां कड़ा या खिच पैंदी है, खिंच वो पैंदा है एवोकेडो नाल बिना दवाई दे ही एवोकेडो नाल तुसीं ठीक कर सकदे हो। जी। खैर इह तां होई कि जिहड़े इह खा सकदे ने फल ओह, पर उस तो इलावा कुछ फल बेहतरीन ने मावां लई जो कि असीं रूटीन लै सकदे हां, जिन्हां विच अमरूद, जिन्हां विच केला बहुत वधिया, जी अनार जे तुसीं लै सकदे हो बहुत जी वधिया, तो सेब बड़े डर डर के ना इस करके लिया कि एन एप्पल अ डे कीप्स द डॉक्टर अवे, यानी डॉक्टर की लोड़ ही नहीं तो इन्नी जी संपूर्ण खुराक है उहदे विच, तो पर तुसीं जे ये फल रेगुलर इन्ने की लेंदे रहो, क्योंकि अजकल तां हाल ही च कर छड्डे जी महंगाई ने कि फल लांदे सार भी हाथ कलांटर लगदा है जेडे महंगे, जी पर फिर बिल्कुल भी ये लेंदे रहो। बड़ा एक आम जहा रुझान है कि अंगूर जरूर खाने ने, ताकत है, उन्हां विच इन्ना कुछ नहीं हुंदा जिन्ना असी सोच लैने हैं कि हर एक वेले बीमार है तो असी जरूर कह देने, क्योंकि उस बहुत हाई कैलोरीज ने, मिठा बहुत ज्यादा है, और रिकवरी कमजोरी तो थोड़ा छेती हो जाती है, जी पर साडियां प्रेगनेंट लेडीज नो इन्हां दे नालों जिवें मैं बाकी फल दस्से ने वो बेहतर ने, जिन्हां च शुगर सगों घट एबजॉर्ब होवे छेती, ताकि असी मोटापा नहीं चाहते, ते यही मोटापा बाद विच भी कई बार तकलीफ दिंदा है, इसे लिए ज्यादा मैं क्या सी घ्यो भी नहीं वरतना। पर मम्मावां नूं इह जद तक ब्रेस्ट फीड जे जम्मण तों बाद लगातार करदियां रहन तां उहनां दा वेट रिडक्शन भी हो जांदा जे बहुत वधिया, उहनां दा यूटरस छेती कॉन्ट्रैक्ट हो जांदा, तो उसे कारण ब्लीडिंग भी घट होएगी, तकलीफ भी बाद च घट होएगी, ते जे उह संतुलित खुराक बाद विच घट घ्यो वाली लैंदे रहन, क्योंकि साडियां मावां दादियां ने पंजीरियां दे विच घ्यो बहुत वाधू पाया हुंदा है, तो जे घट घ्यो वाली पंजीरी तां खाओ जरूर, पर घट घ्यो वाली तां यकीनन साडी कमजोरी दे नाल नाल कई तां ऐसियां चीजां हुंदियां ने पंजीरी च जिहड़ा दुध वधा दिंदियां ने मां दा, तो वो भी बहुत वधिया, पर जिन्नी ज्यादा देर ब्रेस्ट फीड करो उन्ना ही मां नूं छाती दे कैंसर होण दा खतरा भी घट हुंदा है, ते मां दा वेट भी कंट्रोल च हो जांदा है, ते उहदे नालों नाल इक होर भी फायदा हुंदा जे कि जिहड़ा नैचुरल तरीके नाल तुसीं गर्भ दोबारा छेती ठहरन दे चांसेस भी घट जाते। जी। मैम तुसीं पंजीरी दी गल कीती तां साडे दर्शकां नूं थोड़ा जिहा दस्सो कि पंजीरी दे विच किहड़ा किहड़ा समान है, कि वाधू समान ना पा के नॉर्मल समान जिन्ना कि दी जरूरत है, कि किहड़ा किहड़ा समान है पंजीरी दे विच पा सकदे ने। देखो क्योंकि पंजीरी दे वालों खोज तां कोई नहीं हुई हुई, पर मैं उदा बतौर डॉक्टर एक न्यूट्रिशन दे वजों एक गल जरूर दस दिया कि पहली चीज तां होल वीट, यानी कि तुसी छान बूरे वाला आटा वरतो, जी उहदे विच बहुत वधिया हो जाए जे रागी भी उहदे विच नाल जरूर पाई जावे। रागी दा आटा दरअसल साडे लई इक कुदरती सौगात है, जिहदे विच चमड़ी तो लैके कैंसर ना होण तक दे, यानी चमड़ी नूं बेहतरीन रखण लई, झुर्रियां ना पाउण लई, दिल सेहतमंद रखण लई, हड्डियां तगड़ियां रखण लई, वक्खो वक्ख अंगां दे काम कार, इम्यूनिटी जिवें कैंसर तक ना होना, शक्कर रोग तो बचाओ हो जाना, इहो जिहियां अनेक चीजां ने जिन्हां तों फायदा दिंदा। सो रागी दा आटा जे भुन लिया जावे विच तां बहुत वधिया, इसे तरह तुसीं चने या छोलियां दा आटा भी विच पा सकदे हो, तो जी ये जे तुसी मिक्सचर रलवा मिलवा पा के थोड़ा देसी घ्यो विच पा के, ते बाकी जो भी तुसी अपने घर विच तुहाडा रिवाज है, तुसी जेड़ी मर्जी चीज पाने चाहो, मनक्के पाने चाहो, या तुसी जेड़े आपां ड्राई फ्रूट्स दी हुणे गल कीती है उन्होंने बरीक करके ते विच भुन के नाल बना सकदे हो, जी कोशिश करो कि खंड दी थां ते जे इहदे विच तुसी शक्कर पा लवो तां बेहतर रहेगा, तो जी ये जे तुसी चीज तैयार कर सको इहदी तां ये काफी इहदे विच फायदा तुसी हो जांदा है, मानो एक संपूर्ण खुराक दी तौर ते पहुंच जांदी है चीज, के चने भी हो गए, रागी दा आटा भी होया, विच कणक दा छान बूरे वाला भी हो गया, ते नालों नाल ड्राई फ्रूट्स भी चले गए, तो जी ये जरूर तुसी लै सकदे हो, पर कोशिश करियो कि छोटी जी एक पिन्नी या फिर 2 चमचे ही रोज दे खादे जान जी तां वधिया।
जी जी बिल्कुल। तो मैम एक तुसी दस्या सी कि किस तरीके दे नाल बच्चे नू माँ दे ढिड विच ही खेडना सिखा सकते हैं, तां ओह दर्शकां नू जरूर दसो कि मैं भी बड़ी उस चीज़ लई उतावली हाँ कि मैनू भी पता लगे कि आपां किवें आ जिहड़ा पेट दे अंदर बच्चे नू खेडना सिखा सकते हैं। जी बड़ी इंटरेस्टिंग चीज है। मेरे भी असि जदों आखिरी साल डॉक्टरी च पहुंच गए सर, सानू भी उदों ही पता लग्या। बड़ा मजा जा आया सी ये सानू भी देख के। वो हुंदा बड़ा कमाल दा जे कई किस्मां दीयां खेडां ने जिहड़ियां सिखा सकदियां, पर सब तो बेस्ट जो कि आम कोई भी ग्रहणी भावें पिंड च ही रहिंदी है उहनूं भी बड़ा सोहणा ये तरीके, जानी जिहड़ी पढ़ी लिखी भी नहीं बच वो भी माँ बहुत सोहणे तरीके खेड सकदी है। वो जी तरीका हुंदा जे कि तुसीं ढिड उत्ते इस तरह हथ रखो ते ओनू जिवें तुसीं आ ढिड ते हथ रख के फिर ओनू बोली दे बच्चे नू के एक दो तीन इस तरह करोगे। तीन जी या चार क दिन जे तुसीं रेगुलर करते रहोगे तो बच्चा तुसीं जदों फिर करोगे एक तो वो पहले एक ते ही अपने अंदरों वो किक मारदा जे कि हाँ जी एक, फिर हाँ दो फिर वो किक मारदा कि हाँ दो, फिर जी तीन फिर वो किक वजदी है कि तीन। इस तरह जे तुसीं ओदे नाल खेड बना सकते हो हौली हौली कि इदां मैं हुण एक, फिर हौली हौली जगह चेंज कर सकते हो, यानी एक बार ढिड दे इस पासे रख्या फिर इस पासे एक दो तो वो रिस्पोंड करता है बच्चा बिल्कुल। इसी तरह होर कई तरह दियां गेम्स ने जदों तुसीं कोई गीत या संगीत दे नाल लोरियां जिवें सुनाई दियां सुनाउंदिया होया तुसीं जदों वो जिवें मधुर संगीत तुहाडे लग्गिया या वो ते जदों तुसीं ढिड ते उस समय हथ रखोगे तो रिस्पॉन्ड करता है बच्चा किक मार के कि हाँ मैं सुनिया तुहाडा गीत सुनिया। बिल्कुल इसी तरह अनेक होर खेडां ने जिन्हां दे विच आपां फिर लंबे क्योंकि वो कई तरह दियां ने 17-18 किस्मां दियां जिन्हां दे तरीके ढंग ने किवें उहनूं सिखाउणा है। पर ये किकिंग दा मतलब ही इहो हुंदा है कि वो नॉक करके दसदा है बच्चा कि सुनो भी मैं भी हैगा, मैनूं क्यों भुल गए हो तुसीं अपनी गलबात विच। जी। तो मैम समा अपने को बिल्कुल भी नहीं रहा, कुछ सेकंड बाकी रह गए ने, जाते जाते तुसी साडे दर्शकों नूं की सुनेहा देना चाहोगे? जी मैं एक बड़ा निग्गा जिहा सुनेहा देना चाहनी हाँ कि प्यार दा हुंगारा हमेशा प्यार नाल ही मिलदा जी। तुसीं किसी नाल थोड़ा जिहा औखा बोल के वेखो, माड़ी शब्दावली दा रिस्पॉन्स हमेशा माड़ा ही मिलदा है। बिल्कुल इंजी उस निक्का जिहा अनभोल बच्चा जिस बारे जदों असी कदे सिर्फ इस कारण कि वह कुड़ी है असी कह दिने असी तां तैनू मार देना है, रखना ही नहीं सानू तो लोड़ींदी नहीं, उस समय वह बच्ची सुन सकती हुंदी है। जे जी कदे अपने आप ते इहो कुछ लागू करिए कि असी कमरे विच तड़े होइए हिल ना सकदे होइए ते बाहर साडे कतल दियां तैयारियां हो रहियां होण किस तरीके दा महसूस हुंदा है। तो बस इन्नी की मेरी अरजोई है कि बेटी होए या बेटा दोनों ने अपनी किस्मत आप लैके आनी है ते दोनों नू इक्को जिहा बराबर घट्टो घट जम लैण दा हक ते जरूर मिलना चाहीदा। तो यही प्यार दा सुनेहा जे साडे पुत्तर लई इन्ने तगड़े तरीके जा सकदा तां धी लई क्यों नहीं जा सकदा। जम के वेखिए धीआं विचों कोई तुहाडे वर्गी प्यारी जी बच्ची भी तां हो ही सकदी है ना। इन्नी खूबसूरत मुस्कान जो तुहाडी है, इन्नी खूबसूरत मुस्कान नाल जे साडी इक बच्ची खिड़खिड़ाउंदी हुई ते फिर जफ्फी पाउंदी अपने पिता दे गले विच उस गलवाकड़ी नू महसूस करन लई धीआं नू जम्मण जरूर। जी। ते मैम तुहाडा बहुत बहुत धन्नवाद, बहुत वधिया सलीके दे नाल तुसीं सारे ही सवालां दा जवाब दिता। आस करांगे कि दर्शकां नूं इस प्रोग्राम दे विचों बहुत कुछ सीखण नूं मिलेगा, खास करके घर दे विच जदों पता लगदा है कि कोई नन्ना जिहा मेहमान आउण वाला है तां तकरीबन सारे परिवारक मैंबरां दे जिहड़े इमोशंस ने उस दे नाल जुड़े हुए हुंदे ने, किवें बहिणा खड़े क्यों बैठ जाओ, आ नहीं खाणा, ये नहीं करना, एवें नहीं चढ़ना, पौड़ियां चढ़ना, जिस तरीके नाल मैम ने पूरे प्रोग्राम दे विच सब नूं दस्सिया तां बहुत ही खुशी दा ओ माहौल हुंदा। तां इस लई सारयां नूं बेनती है कि कृपा करके गर्भवती औरत दा बेहद ख्याल रख्या जावे ते उन्हां दा भी अपने वल्लों भी ख्याल बेहद रख्या जावे, क्योंकि तुहाडे पेट दे विच इक नन्ही जी जान पल रही है ते उस जान दे लई की कुछ सानू खाना जरूरी है, कीड़ियाँ चीज़ा पीनिया ने, कीड़ियाँ चीज़ा तो परहेज करना, इन्ना सारिया ही गल्लां दा तुसी खास ध्यान रखना। तुहाडा कोई होर सवाल हुंदा है जां इस प्रोग्राम दे बाबत तुहाडा कोई सुझाव हुंदा, ओह भी तुसी फेसबुक या यूट्यूब दे जरिए सानू पहुँचा सकते हो, कोशिश करांगे तुहाडा जवाब जरूर दिता जावे। सो अज दे इस प्रोग्राम दे विच इन्ना ही जी, मिलांगे अगले हफ्ते फिर तो प्रोग्राम कुछ सुणीए ते कुछ कहीए दे विच। तद तक दे लई सानू दो इजाजत, सत श्री अकाल। Thank you.
ਤੁਸੀਂ ਦੇਖ ਸਕਦੇ ਹੋ। ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।